ਦੇ ਕਿ ਮੈਂ ਪੰਜਾਬ ਦੇ ਪਹਿਲਾ ਸਾਈਡ ਤੇ ਸੀ ਹੁਣ ਸੈਂਟਰ ਚ ਆ ਗਈ ਹਾਂ ਸੋ ਮੇਰੇ ਲਈ ਕਾਫੀ ਈਜ਼ੀ ਹੋ ਗਿਆ ਹੈ ਕਿ ਪੂਰੇ ਪੰਜਾਬ ਚ ਹੁਣ ਟ੍ਰੈਵਲ ਕਰਨਾ ਆ ਆਈਟੀ ਕੰਪਨੀ ਪਹਿਲੀ ਪਿੰਡ ਤੋਂ ਤੁਹਾਡੇ ਸਿਰ ਸੇੜਾ ਵੱਜਦਾ ਇਸ ਦਾ ਸੋ ਤੁਹਾਨੂੰ ਕੀ ਲੱਗਦਾ ਵੀ ਸਰਕਾਰਾਂ ਨੂੰ ਜਾਂ ਇੱਥੋਂ ਦੇ ਲੋਕਾਂ ਨੂੰ ਇਸ ਤਰ੍ਹਾਂ ਦੀ ਕੰਪਨੀ ਇਸ ਤਰ੍ਹਾਂ ਦੇ ਫੀਲਡ ਦੇ ਵਿੱਚ ਆਉਣ ਦੇ ਲਈ ਹੋਰ ਕੀ ਕੀ ਕਰਨਾ ਚਾਹੀਦਾ ਹੈ ਸੋ ਆਈਟੀ ਅਸੀਂ ਪੰਜਾਬ ਦੀ ਪਹਿਲੀ ਆਈਟੀ ਕੰਪਨੀ ਜਿਹੜੀ ਉਹ ਪਿੰਡ ਵਿੱਚ ਸੈਟਅਪ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਆਲਮੋਸਟ 100 ਲੋਕਾਂ ਨੂੰ ਜਿਹੜਾ ਉਹ ਰੋਜ਼ਗਾਰ ਦਿੱਤਾ ਜਾਵੇ ਖਾਸ ਕਰਕੇ ਵਾਈਟ ਕਾਲਰ ਦਾ ਵਕਤ ਲੱਗੇਗਾ ਕਿ ਮੈਂ ਇਹ ਸਾਬਿਤ ਕਰ ਸਕਾਂ ਕਿ ਪੰਜਾਬ ਦੇ ਪਿੰਡ ਦੇ ਵਿੱਚ ਵੀ ਅਸੀਂ ਇੱਕ ਸਫਲ ਆਈਟੀ ਕੰਪਨੀ ਦਾ ਮਾਡਲ ਜਿਹੜਾ ਉਹ ਖੜਾ ਕਰ ਸਕਦੇ ਹਾਂ ਇੱਕ ਰਿਵਰਸ ਮਾਈਗ੍ਰੇਸ਼ਨ ਸ਼ਬਦ ਤਾਂ ਵੀ ਨਾ ਪਹਿਲਾਂ ਦਾ ਹੀ ਹੋਣ ਚਾਇਆ ਹੋਇਆ ਪਰ ਇਹਦੀ ਸੱਦ ਵਰਤੋਂ ਆ ਜਿਹੜੀ ਸਹੀ ਵਰਤੋਂ ਆ ਮੈਨੂੰ ਲੱਗਦਾ ਮੈਂ ਤੁਹਾਡੇ ਮੂੰਹੋਂ ਹੀ ਇਹ ਸ਼ਬਦ ਸੁਣੇ ਨੇ ਅੱਛਾ ਅਸੀਂ ਇਹ ਕਹਿ ਦਿੰਨੇ ਆ ਕਿ ਅਸੀਂ ਰਿਵਰਸ ਮਾਈਗ੍ਰੇਸ਼ਨ ਕਰਨੀ ਆ ਉਥੋਂ ਇੱਧਰ ਨੂੰ ਸੱਦਣੇ ਨੇ ਸਾਡੇ ਬੱਚੇ ਜਿਹੜੇ ਐ ਉਥੋਂ ਇੱਧਰ ਸੱਦ ਕੇ ਅਸੀਂ ਕਿਸ ਕੰਮ ਤੇ ਲਾਉਣੇ ਨੇ ਓ ਰਿਵਰਸ ਮਾਈਗ੍ਰੇਸ਼ਨ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਕਿ ਜਦੋਂ ਇੱਕ ਸਪੋਜ਼ ਆਈਟੀ ਕੰਪਨੀ ਪੰਜਾਬ ਦੇ ਵਿੱਚ ਇੱਕ ਪਿੰਡ ਵਿੱਚ ਖੁੱਲੀ ਤੇ ਬਹੁਤ ਸਾਰੇ ਲੋਕ ਸੀਗੇ ਜਿਹੜੇ ਅੰਮ੍ਰਿਤਸਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਸੀ ਪਰ ਉਹ ਦਿੱਲੀ ਜੋਬ ਕਰ ਰਹੇ ਸੀ ਬੈਂਗਲੌਰ ਜੋਬ ਕਰ ਰਹੇ ਸੀ ਹਾਈਦਰਾਬਾਦ ਜੋਬ ਕਰ ਰਹੇ ਸੀ ਪਰ ਉਹਨਾਂ ਨੇ ਚੁਣਿਆ ਕਿ ਅਸੀਂ ਵਾਪਸ ਜਿਹੜਾ ਅੰਮ੍ਰਿਤਸਰ ਆ ਜਾਈਏ ਸੋ ਰਿਵਰਸ ਮਾਈਗ੍ਰੇਸ਼ਨ ਸਿਰਫ ਇਹ ਨਹੀਂ ਕਿ ਆਪਾਂ ਕੈਨੇਡਾ ਤੋਂ ਪੰਜਾਬ ਦੀ ਗੱਲ ਕਰ ਰਹੇ ਹਾਂ ਰਿਵਰਸ ਮਾਈਗ੍ਰੇਸ਼ਨ ਆਪਾਂ ਹਾਈਦਰਾਬਾਦ ਤੋਂ ਮੋਗੇ ਦੀ ਵੀ ਗੱਲ ਕਰ ਰਹੇ ਆ ਜੇ ਸਾਡਾ ਕੋਈ ਇੰਜੀਨੀਅਰ ਅੱਛਾ ਬੱਚਾ ਜਿਹਨੇ ਬੀਟਾ ਕੈਂਟੈਕ ਕੀਤੀ ਆ ਉਹਨੂੰ ਇੱਕ ਜੌਬ ਲੈ ਕੇ ਜਾਣ ਲਈ 50000 ਦੀ ਹਾਈਦਰਾਬਾਦ ਜਾਣਾ ਪੈ ਰਿਹਾ ਤੇ ਮੈਂ ਉਸ ਰਿਵਰਸ ਮਾਈਗਰੇਟ ਆਪਾਂ ਆਪਣੇ ਹੀ ਸਟੇਟ ਦੇ ਵਿੱਚ ਕੁਝ ਕਰਕੇ ਦਿਖਾਈਏ ਤੇ ਆਪਣੇ ਹੀ ਸਟੇਟ ਦੇ ਵਿੱਚ ਜਿਹੜੀਆਂ ਉਹ ਲੋਕ ਸੋਚਣ ਕਿ ਅਸੀਂ ਇੱਥੇ ਅੱਛੇ ਰੋਜ਼ਗਾਰ ਜਿਹੜੇ ਆ ਉਹ ਕਿਵੇਂ ਪੈਦਾ ਕਰਨੇ ਆ ਜਿਸ ਤਰ੍ਹਾਂ ਨਾਲ ਹੁਣ ਕੈਨੇਡਾ ਦੇ ਵਿੱਚ ਫੀਸਾਂ ਦੇ ਵਿੱਚ ਭਾਰੀਵਾਦਾ ਹੋ ਗਿਆ ਰੈਂਟ ਵੀ ਬਹੁਤ-ਬਹੁਤ ਪੇ ਕਰਨੇ ਪੈ ਰਹੇ ਉਹਨਾਂ ਨੂੰ ਤੇ ਤੁਹਾਨੂੰ ਲੱਗਦਾ ਵੀ ਠੱਲ ਪੈ ਗਈ ਇਸ ਨਾਲ ਕਿ ਵੀ ਰਹਿਣਾ ਜਿਹੜਾ ਜ਼ਰੂਰੀ ਆ ਮਾਈਗ੍ਰੇਸ਼ਨ ਜਿਹੜੀ ਉਹ ਹੋਣੀ ਹੋਣੀ ਆ ਕਿਉਂਕਿ ਹਰ ਇੱਕ ਕੰਟਰੀ ਦਾ ਜਿਹੜਾ ਮੇਜਰ ਰਿਸੋਰਸ ਹੁੰਦਾ ਉਹ ਹਮੇਸ਼ਾ ਦੂਸਰੇ ਕੰਟਰੀ 'ਚ ਜਾਂਦਾ ਹੈ ਲੋਕ ਉਹਨੂੰ ਕਹਿੰਦੇ ਕਿ ਆ ਚੀਜ਼ ਜਿਹੜੀ ਨਾ ਬਹੁਤ ਵਧੀਆ ਇਸ ਕੰਟਰੀ ਦੀ ਸਾਨੂੰ ਮਿਲੇ ਸੀ ਸੈਂਕੜੇ ਲੋਕਾਂ ਲਈ ਉਦਾਹਰਨ ਸੈੱਟ ਕੀਤੀ ਹੈ ਨਾ ਇੱਕ ਹੁੰਦਾ ਵੀ ਇਹ ਚੀਜ਼ ਕਹਿ ਦੇਣੀ ਵੀ ਮੈਂ ਇਸ ਤਰ੍ਹਾਂ करूंगी ਤੁਸੀਂ ਉਹ ਕਰਕੇ ਵੀ ਦਿਖਾਇਆ ਮੈਨੂੰ ਲੱਗਦਾ ਕਿ ਜ਼ਿੰਦਗੀ ਬਹੁਤ ਛੋਟੀ ਹੈ ਤੇ ਇੱਥੇ ਪਤਾ ਨਹੀਂ ਕਦੋਂ ਕਿਸੇ ਨੇ ਚਲ ਜਾਣਾ রাইਟ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਮੈਂ ਉਸ ਪੱਲਾ ਦੀ ਉਸ ਦਿਨਾਂ ਦੀ ਉਹਨਾਂ ਸਾਲਾਂ ਦੀ ਵੇਟ ਕਰ ਰਹੀ ਹਾਂ ਜੀ ਮੈਂ ਵੀ ਆਪਣੀ ਜਰਨੀ ਸ਼ੁਰੂ ਤੋਂ ਹੀ ਨਾਲ-ਨਾਲ ਲਿਖੀ ਆ ਹਾਂ ਭਾਵੇਂ ਉਹ ਬਿਜ਼ਨਸ ਦੀ ਆ ਭਾਵੇਂ ਉਹ ਤਾਂ ਜਿਹਦੇ ਕਰਕੇ ਮੈਨੂੰ ਮੁਸ਼ਕਲਾਂ ਵੀ ਆਉਂਦੀਆਂ ਕਿਉਂਕਿ ਲੋਕਾਂ ਨੂੰ ਇੱਕਦਮ ਪਤਾ ਲੱਗ ਜਾਂਦਾ ਕਿ ਅੱਛਾ ਹੁਣ ਇਹ ਪ੍ਰੋਬਲਮ ਚਾਹ ਤੇ ਜਦੋਂ ਤੁਸੀਂ ਪ੍ਰੋਬਲਮ ਜਿੰਨੇ ਸਗੋਂ ਹੀ ਨਹੀਂ ਲੋਕ ਮਦਦ ਕਰਦੇ ਠੀਕ ਹੈ ਨਾ ਤੁਹਾਨੂੰ ਹਲਕਾ ਸਮਝਦੇ ਆ ਠੀਕ ਹੈ ਤੁਹਾਨੂੰ ਕੋਈ ਸਪੋਰਟ ਵੀ ਨਹੀਂ ਆ ਕਿ ਤੁਹਾਨੂੰ ਕੋਈ ਲੋਨਸ ਮਿਲ ਜਾਂ ਕੋਈ ਸਹੀ ਤਰੀਕੇ ਨਾਲ ਇੰਨਾ ਜ਼ਿਆਦਾ ਇੰਟਰਸਟ ਆ ਮਤਲਬ ਬਹੁਤ ਜ਼ਿਆਦਾ ਇੱਕ ਸਮਝੋ ਕਿ ਮੈਂ ਪਹਾੜ ਹੀ ਛੋੜ ਲਿਆ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਮੈਂ 2013 ਤੋਂ ਲੈ ਕੇ 20 ਆਈ ਥਿੰਕ 2017 ਤੱਕ 16 17 ਤੱਕ ਅਸੀਂ ਉਹਨੂੰ ਖੁਦ ਹੀ ਕਰਦੇ ਸੀ ਆਪਣੀ ਕੰਪਨੀ ਵੱਲੋਂ ਜੀ ਫਿਰ ਮੈਂ ਵਿੱਚੋਂ 2 2.5 ਸਾਲ ਇੱਕ ਐਨ ਜੀਓ ਸਟਾਰਟ ਕੀਤਾ ਠੀਕ ਹੈ ਐਨ ਜੀਓ ਤੋਂ ਮੈਂ ਰੀਅਲਾਈਜ਼ ਕੀਤਾ ਕਿ ਮੇਰੀ ਜਿਹੜੀ ਬਿਜ਼ਨਸ ਇਮੇਜ ਆ ਕਿ ਮੈਂ ਇੱਕ ਕਾਰੋਬਾਰੀ ਆ ਜਾਂ ਮੈਂ ਇੱਕ ਅੱਛਾ ਸਟੂਡੈਂਟ ਰਹੀ ਆ ਜਾਂ ਸਾਡੇ ਚ ਵੀ ਕੈਪੇਬਿਲਿਟੀ ਹੈ ਰਾਈਟ ਉਹ ਸਾਡੀ ਸਾਰੀ ਇਮੇਜ ਜਿਹੜੀ ਆ ਉਹ ਹਾਈਡ ਹੋ ਜਾਂਦੀ ਆ ਤੇ ਹਰ ਇੱਕ ਨੂੰ ਲੱਗਦਾ ਕਿ ਆਪਾਂ ਇੱਕ ਸੋਸ਼ਲ ਵਰਗ ਦੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਜਸਟਿਲੋਂ ਐਨਆਰਆਈ ਟੀਵੀ ਨਾਲ ਜੁੜ ਕੇ ਇਹ ਵੀਡੀਓ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੀ ਹਾਂ ਅੱਜ ਦੀ ਮੁਲਾਕਾਤ ਦੇ ਵਿੱਚ ਅਸੀਂ ਤੁਹਾਡੀ ਉਸ ਸ਼ਖਸੀਅਤ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪਿੰਡ ਤੋਂ ਉੱਠ ਕੇ ਆਪਣਾ ਨਾਮ ਦਾ ਜੜਾ ਆ ਪੂਰੀ ਦੁਨੀਆ ਦੇ ਵਿੱਚ ਬਣਾਇਆ ਮੈਨੂੰ ਇਹ ਲੱਗਦਾ ਵੀ ਉਹ ਕਿਸੇ ਜਾਣ ਪਹਿਚਾਨ ਦੇ ਮਹਤਾਜ ਨੇ ਪਰ ਫਿਰ ਵੀ ਮੈਂ ਤੁਹਾਨੂੰ ਉਹ ਨਾਮ ਦੱਸ ਦਿਆਂ ਉਹ ਨਾਮ ਹੈ ਜੀ ਮਨਦੀਪ ਕੌਰ ਟਾਂਗੜਾ ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਕਿਵੇਂ ਮੈਮ ਬਹੁਤ ਵਧੀਆ ਚਲੋ ਅ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੇ ਆ ਵੀ ਤੁਸੀਂ ਮੋਗੇ ਦੇ ਵਿੱਚ ਆਏ ਹੋ ਸੋ ਪੂਰੀ ਦੁਨੀਆ ਦੇ ਵਿੱਚ ਤੁਹਾਡਾ ਨਾਮ ਤੁਹਾਡੀਆਂ ਪ੍ਰਾਪਤੀਆਂ ਜਿਹੜੀਆਂ ਕਿਸੇ ਤੋਂ ਲੁਕੀਆਂ ਨਹੀਂ ਹੋਈਆਂ ਸੋ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਮੋਗੇ ਦੇ ਵਿੱਚ ਆਪਣਾ ਜੀਵਨ ਸਾਥੀ ਤਲਾਸ਼ਿਆ ਸੋ ਨਵੇਂ ਸਫ਼ਰ ਦੇ ਵਿੱਚ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮੈਨੂੰ ਲੱਗਦਾ ਕਿ ਮੈਂ ਪੰਜਾਬ ਦੇ ਪਹਿਲਾਂ ਸਾਈਡ ਤੇ ਸੀ ਹੁਣ ਸੈਂਟਰ 'ਚ ਆ ਗਈਆਂ ਸੋ ਮੇਰੇ ਲਈ ਕਾਫੀ ਈਜ਼ੀ ਹੋ ਗਿਆ ਕੀ ਪੂਰੇ ਪੰਜਾਬ ਚ ਹੁਣ ਟ੍ਰੈਵਲ ਕਰਨਾ ਤੇ ਅਦਰਵਾਈਜ਼ ਵੀ ਬਹੁਤ ਹੀ ਪਿਆਰੀ ਤੇ ਬੜੀ ਵਾਰਮ ਜੀ ਫੈਮਿਲੀ ਜਿਹੜੀ ਉਹ ਮੈਨੂੰ ਮਿਲੀ ਐ ਸੋ ਆਮ ਵੈਰੀ ਹੈਪੀ ਇਨ ਮੋਗਾ ਚਲੋ ਬਹੁਤ ਖੁਸ਼ੀ ਦੀ ਗੱਲ ਦੀ ਆ ਆਈਟੀ ਕੰਪਨੀ ਪਹਿਲੀ ਪਿੰਡ ਤੋਂ ਤੁਹਾਡੇ ਸਿਰਸੇੜਾ ਵੱਜਦਾ ਇਸ ਦਾ ਸੋ ਤੁਹਾਨੂੰ ਕੀ ਲੱਗਦਾ ਵੀ ਸਰਕਾਰਾਂ ਨੂੰ ਜਾਂ ਇੱਥੋਂ ਦੇ ਲੋਕਾਂ ਨੂੰ ਇਸ ਤਰ੍ਹਾਂ ਦੀ ਕੰਪਨੀ ਇਸ ਤਰ੍ਹਾਂ ਦੇ ਫੀਲਡ ਦੇ ਵਿੱਚ ਆਉਣ ਦੇ ਲਈ ਹੋਰ ਕੀ ਕੀ ਕਰਨਾ ਚਾਹੀਦਾ ਸੋ ਆਈਟੀ ਅਸੀਂ ਪੰਜਾਬ ਦੀ ਪਹਿਲੀ ਆਈਟੀ ਕੰਪਨੀ ਜਿਹੜੀ ਆ ਉਹ ਪਿੰਡ ਵਿੱਚ ਸੈਟਅਪ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਆਲਮੋਸਟ 100 ਲੋਕਾਂ ਨੂੰ ਜਿਹੜਾ ਉਹ ਰੋਜ਼ਗਾਰ ਦਿੱਤਾ ਜਾਵੇ ਖਾਸ ਕਰਕੇ ਵਾਈਟ ਕਾਲਰ ਜੌਬਸ ਜਿਹੜੀਆਂ ਉਹ ਪਿੰਡਾਂ ਦੇ ਵਿੱਚ ਜਨਰੇਟ ਹੋਣ ਕਿ ਉਹਨਾਂ ਦੀ ਅੱਛੀ ਜਿਹੜੀ ਸੈਲਰੀ ਹੋਵੇ ਸੋ ਇਹ ਇੱਕ ਬਿਜ਼ਨਸ ਨਹੀਂ ਆਪਾਂ ਕਹਿ ਸਕਦੇ ਕਿ ਇੱਕ ਬਿਜ਼ਨਸ ਦੇ ਵੱਲ ਨੂੰ ਮੈਂ ਤੁਰ ਰਹੀ ਆ ਤੇ ਬਿਜ਼ਨਸ ਨੂੰ ਵੱਡਾ ਕਰ ਰਹੀ ਆ ਜੀ ਮੈਨੂੰ ਬਹੁਤ ਜ਼ਿਆਦਾ ਮਲਕਾਫੀ ਸਾਲ ਹੋ ਗਏ ਨੇ ਮੈਂ ਬਿਜ਼ਨਸ ਮਾਡਲ ਤੇ ਕੰਮ ਕਰ ਰਹੀ ਹਾਂ ਤੇ ਉਹਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਇਹਦੇ ਵਿੱਚ ਬਹੁਤ ਸਾਰੀਆਂ ਔਕੜਾਂ ਵੀ ਨੇ ਬੜੇ ਚੈਲੰਜੇਸ ਨੇ ਤੇ ਡੇਲੀ ਜਿਹੜੇ ਆਪਾਂ ਸੋਲਵ ਕਰਦੇ ਹਾਂ ਬਾਰ-ਬਾਰ ਡਿੱਗੀ ਦਾ ਉੱਠੀ ਦਾ ਸੋ ਅਜੇ ਵੀ ਮੈਨੂੰ ਲੱਗਦਾ ਹੈ ਕਿ ਵਕਤ ਲੱਗੇਗਾ ਕਿ ਮੈਂ ਇਹ ਸਾਬਿਤ ਕਰ ਸਕਾਂ ਕਿ ਪੰਜਾਬ ਦੇ ਪਿੰਡ ਦੇ ਵਿੱਚ ਵੀ ਅਸੀਂ ਇੱਕ ਸਫਲ ਆਈਟੀ ਕੰਪਨੀ ਦਾ ਮਾਡਲ ਜਿਹੜਾ ਉਹ ਖੜਾ ਕਰ ਸਕਦੇ ਹਾਂ ਸੋ ਕਹਿ ਸਕਦੇ ਹਾਂ ਕਿ ਬਿਜ਼ਨਸ ਤੇ ਕੰਮ ਕਰ ਹੀ ਰਹੇ ਆ ਪਰ ਉਸ ਤੋਂ ਉੱਪਰ ਜਿਹੜਾ ਵਾ ਉਹ ਆਪਣੇ ਦੇਸ਼ ਨੂੰ ਇੱਕ ਮਾਡਲ ਪੇਸ਼ ਕਰਕੇ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇਸ ਤਰੀਕੇ ਨਾਲ ਆਈਟੀ ਦਾ ਕੰਮ ਜਿਹੜਾ ਉਹ ਪੰਜਾਬ ਦੇ ਪਿੰਡਾਂ ਤੋਂ ਵੀ ਹੋ ਸਕਦਾ ਜੀ ਇੱਕ ਰਿਵਰਸ ਮਾਈਗ੍ਰੇਸ਼ਨ ਹੈ ਨਾ ਸ਼ਬਦ ਤਾਂ ਇਹਨਾਂ ਦਾ ਪਹਿਲਾਂ ਦਾ ਹੀ ਹੋਣ ਚਾਇਆ ਹੋਇਆ ਪਰ ਇਹਦੀ ਸੱਦ ਵਰਤੋਂ ਆ ਜਿਹੜੀ ਸਹੀ ਵਰਤੋਂ ਆ ਮੈਨੂੰ ਲੱਗਦਾ ਮੈਂ ਤੁਹਾਡੇ ਮੂੰਹੋਂ ਹੀ ਇਹ ਸ਼ਬਦ ਸੁਣੇ ਨੇ ਹਾਂਜੀ ਅੱਛਾ ਅਸੀਂ ਇਹ ਕਹਿ ਦਿੰਨੇ ਆ ਕਿ ਅਸੀਂ ਰਿਵਰਸ ਮਾਈਗ੍ਰੇਸ਼ਨ ਕਰਨੀ ਆ ਉਥੋਂ ਇੱਧਰ ਨੂੰ ਸੱਦਣੇ ਨੇ ਸਾਡੇ ਬੱਚੇ ਜਿਹੜੇ ਗਏ ਉਥੋਂ ਇੱਧਰ ਸੱਦ ਕੇ ਅਸੀਂ ਕਿਸ ਕੰਮ ਤੇ ਲਾਉਣੇ ਨੇ ਸੋ ਰਿਵਰਸ ਮਾਈਗ੍ਰੇਸ਼ਨ ਦਾ ਜਿਹੜਾ ਉਹ ਕਨਸੈਪਟ ਇਹੀ ਆ ਕਿ ਜਦੋਂ ਅਸੀਂ ਇੱਕ ਪਾਰਟਿਕੂਲਰ ਜਗ੍ਹਾ ਦੀ ਯੂ ਨੋ ਨੈਚੁਰਲ ਰਿਸੋਰਸਸ ਹਰ ਚੀਜ਼ ਅਪ ਉਥੋਂ ਦੀ ਯੂਜ਼ ਕਰਦੇ ਆ ਤੇ ਮੈਨੂੰ ਲੱਗਦਾ ਕਿ ਸਾਨੂੰ ਜਿਹੜੀ ਐਨਰਜੀ ਆ ਉਹ ਉਸੇ ਜਗ੍ਹਾ ਨੂੰ ਦੇਣੀ ਚਾਹੀਦੀ ਆ ਸੋ ਰਿਵਰਸ ਮਾਈਗ੍ਰੇਸ਼ਨ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਨੇ ਕਿ ਜਦੋਂ ਇੱਕ ਸੁਪੋਜ਼ ਆਈਟੀ ਕੰਪਨੀ ਪੰਜਾਬ ਦੇ ਵਿੱਚ ਇੱਕ ਪਿੰਡ ਵਿੱਚ ਖੁੱਲੀ ਤੇ ਬਹੁਤ ਸਾਰੇ ਲੋਕ ਸੀਗੇ ਜਿਹੜੇ ਅੰਮ੍ਰਿਤਸਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਸੀ ਪਰ ਉਹ ਦਿੱਲੀ ਜੌਬ ਕਰ ਰਹੇ ਸੀ ਬੈਂਗਲੌਰ ਜੌਬ ਕਰ ਰਹੇ ਸੀ ਹਾਈਦਰਾਬਾਦ ਜੌਬ ਕਰ ਰਹੇ ਸੀ ਪਰ ਉਹਨਾਂ ਨੇ ਚੁਣਿਆ ਕਿ ਅਸੀਂ ਵਾਪਸ ਜਿਹੜਾ ਅੰਮ੍ਰਿਤਸਰ ਆ ਜਾਈਏ ਜੀ ਸੋ ਰਿਵਰਸ ਮਾਈਗ੍ਰੇਸ਼ਨ ਸਿਰਫ ਇਹ ਨਹੀਂ ਕਿ ਆਪਾਂ ਕੈਨੇਡਾ ਤੋਂ ਪੰਜਾਬ ਦੀ ਗੱਲ ਕਰ ਰਹੇ ਹਾਂ ਰਿਵਰਸ ਮਾਈਗ੍ਰੇਸ਼ਨ ਆਪਾਂ ਹਾਈਦਰਾਬਾਦ ਤੋਂ ਮੋਗੇ ਦੀ ਵੀ ਗੱਲ ਕਰ ਰਹੇ ਆ ਜੇ ਸਾਡਾ ਕੋਈ ਇੰਜੀਨੀਅਰ ਅੱਛਾ ਬੱਚਾ ਜਿਹਨੇ ਬੀਟਾ ਕੈਂਟੈਕ ਕੀਤੀ ਆ ਉਹਨੂੰ ਇੱਕ ਜੌਬ ਲੈ ਕੇ ਜਾਣ ਲਈ 50000 ਦੀ ਹਾਈਦਰਾਬਾਦ ਜਾਣਾ ਪੈ ਰਿਹਾ ਤੇ ਮੈਂ ਉਸ ਚੀਜ਼ ਦੀ ਵੀ ਗੱਲ ਕਰ ਰਹੀ ਹਾਂ ਕਿ ਤੁਸੀਂ ਰਿਵਰਸ ਮਾਈਗਰੇਟ ਆਪਾਂ ਆਪਣੇ ਹੀ ਸਟੇਟ ਦੇ ਵਿੱਚ ਕੁਝ ਕਰਕੇ ਦਿਖਾਈਏ ਤੇ ਆਪਣੇ ਹੀ ਸਟੇਟ ਦੇ ਵਿੱਚ ਜਿਹੜੀਆਂ ਉਹ ਲੋਕ ਸੋਚਣ ਕਿ ਅਸੀਂ ਇੱਥੇ ਅੱਛੇ ਰੋਜ਼ਗਾਰ ਜਿਹੜੇ ਆ ਉਹ ਕਿਵੇਂ ਪੈਦਾ ਕਰਨੇ ਆ ਬਾਕੀ ਕਿ ਇਟ ਇਜ਼ ਟੋਟਲੀ ਦਾ ਚੋਇਸ ਹਰ ਇੱਕ ਦੀ ਆਪਣੀ ਚੋਇਸ ਹੈ ਕਿ ਉਹਨੇ ਪੰਜਾਬ ਰਹਿਣਾ ਕਿ ਉਹਨੇ ਕੈਨੇਡਾ ਰਹਿਣਾ ਜਾਂ ਯੂਐਸ ਰਹਿਣਾ ਬਟ ਮੈਂ ਇਸ ਚੀਜ਼ ਨੂੰ ਟਰੂ ਫਰੀडम ਮੰਨਦੀ ਆ ਕਿ ਤੁਸੀਂ ਉੱਥੇ ਰਹੋ ਜਿੱਥੇ ਤੁਹਾਡਾ ਦਿਲ ਕਰਦਾ ਹੈ ਜੀ ਹਾਂ ਅ ਜਿਸ ਤਰ੍ਹਾਂ ਨਾਲ ਹੁਣ ਕੈਨੇਡਾ ਦੇ ਵਿੱਚ ਫੀਸਾਂ ਦੇ ਵਿੱਚ ਭਾਰੀ ਵਾਧਾ ਹੋ ਗਿਆ ਰੈਂਟ ਵੀ ਬਹੁਤ ਬਹੁਤ ਪੇ ਕਰਨੇ ਪੈ ਰਹੇ ਹਨ ਉਹਨਾਂ ਨੂੰ ਤੇ ਤੁਹਾਨੂੰ ਲੱਗਦਾ ਵੀ ਠੱਲ ਪੈ ਗਈ ਇਸ ਨਾਲ ਨੇ ਮੇਰੇ ਕੱਲੇ ਨਾਲ ਤੇ ਠੱਲ ਨਹੀਂ ਪੈ ਸਕਦੀ ਪਰ ਇਹ ਕਿ ਇਹਨੂੰ ਰਿਸਪਾਂਸ ਬਹੁਤ ਅੱਛਾ ਮਿਲਿਆ ਇਸ ਮੁਹਿਮ ਨੂੰ ਤੇ ਪਹਿਲਾਂ ਮਾਈਗ੍ਰੇਸ਼ਨ ਦੀ ਜਿਆਦਾ ਜਦੋਂ ਗੱਲ ਹੁੰਦੀ ਸੀ ਤੇ ਉਹ ਪਸ਼ੂ ਪੰਛੀਆਂ ਦੀ ਜਿਆਦਾ ਗੱਲ ਹੁੰਦੀ ਸੀ ਠੀਕ ਹੈ ਸੋ ਇਹ ਹੈ ਕਿ ਠੱਲ ਜਿਹੜੀ ਆ ਉਹ ਜੇ ਸਾਨੂੰ ਸਮਝੋ ਕਿ 100 ਸਾਲ ਲੱਗ ਗਿਆ ਹਮਮ ਮਾਈਗ੍ਰੇਟ ਹੁੰਦੇ ਤੇ 100 ਸਾਲ ਇਹ ਸੋਚ ਬਣਨ ਚ ਵੀ ਲੱਗਣਗੇ ਕਿ ਇਥੇ ਵੀ ਰਹਿਣਾ ਜਿਹੜਾ ਜ਼ਰੂਰੀ ਆ ਮਾਈਗ੍ਰੇਸ਼ਨ ਜਿਹੜੀ ਉਹ ਹੋਣੀ ਹੋਣੀ ਆ ਕਿਉਂਕਿ ਹਰ ਇੱਕ ਕੰਟਰੀ ਦਾ ਜਿਹੜਾ ਮੇਜਰ ਰਿਸੋਰਸ ਹੁੰਦਾ ਉਹ ਹਮੇਸ਼ਾ ਦੂਸਰੇ ਕੰਟਰੀ ਚ ਜਾਂਦਾ ਲੋਕ ਉਹਨੂੰ ਕਹਿੰਦੇ ਕਿ ਆ ਚੀਜ਼ ਜਿਹੜੀ ਨਾ ਬਹੁਤ ਵਧੀਆ ਇਸ ਕੰਟਰੀ ਦੀ ਸਾਨੂੰ ਮਿਲੇ ਫੋਰ ਏਗਜ਼ੈਂਪਲ ਕਿ ਜੇ ਦੁਬਈ ਚ ਤੇਲ ਬਹੁਤ ਹੈ ਤੇ ਲੋਕ ਕਹਿੰਦੇ ਕਿ ਹਾਂਜੀ ਤੇਲ ਐਕਸਪੋਰਟ ਹੋਵੇ ਉਸੇ ਤਰ੍ਹਾਂ ਜਿਹੜੇ ਸਾਡੇ ਕੰਟਰੀ ਦੀ ਐਸਟ ਉਹ ਪੋਪੂਲੇਸ਼ਨ ਆ ਉਹ ਯੂਥ ਆ ਠੀਕ ਹੈ ਸੋ ਯੂਥ ਨੂੰ ਮਾਈਗ੍ਰੇਟ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ ਤੇ ਕੰਟਰੀਜ਼ ਜਿਹੜੀਆਂ ਹਮੇਸ਼ਾ ਸਾਡੇ ਯੂਥ ਨੂੰ ਅਟਰੈਕਟ ਕਰਨਗੀਆਂ ਕਿ ਉਹ ਮਾਈਗ੍ਰੇਟ ਹੋਣ ਕਿਉਂਕਿ ਸਾਡੇ ਕੋ ਜਿਹੜਾ ਪੋਜ਼ਿਟਿਵ ਚੀਜ਼ ਹੈ ਕੰਟਰੀ ਦੇ ਵਿੱਚ ਉਹ ਯੂਥ ਵਨ ਆਫ ਥੈਟ ਥਿੰਗ ਹੈਗੀ ਆ ਕਿ ਹਾਂ ਕਿ ਲੋਕ ਚਾਹਣਗੇ ਜੇ ਸਾਡੇ ਕੋ ਸੋਨਾ ਜ਼ਿਆਦਾ ਹੁੰਦਾ ਤੇ ਲੋਕੀ ਸਾਡੇ ਸੋਨਾ ਵੱਲ ਭੱਜਦੇ ਠੀਕ ਹੈ ਨਾ ਸੋ ਇਹਨੂੰ ਜਿਹੜਾ ਬਸ ਮੇਰੇ ਇੱਥੇ ਇਹ ਕਹਿਣਾ ਕਿ ਜਿਹੜੀ ਇਕਨੋਮਿਕ ਐਕਟੀਵਿਟੀ ਆ ਸਾਡੇ ਜੀ ਡੀ ਫੈਮਲੀਆਂ ਨੂੰ ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਅਸੀਂ ਇੱਥੇ ਪੈਸੇ ਲੈ ਕੇ ਆਉਣੇ ਆ ਠੀਕ ਹੈ ਨਾ ਉੱਥੋਂ ਕਮਾ ਕੇ ਇੱਥੇ ਰੀ ਇਨਵੈਸਟ ਕਰਨੇ ਆ ਆਪਣੇ ਪੰਜਾਬ ਨੂੰ ਆਪਣੇ ਕੰਟਰੀ ਨੂੰ ਅਸੀਂ ਰਿਚ ਕਰਨਾ ਵਾ ਨਾ ਕਿ ਅਸੀਂ ਆਲਰੇਡੀ ਇਨਾ ਸਟਰਗਲ ਕਰ ਰਹੇ ਆ ਹਰ ਪਾਸਿਓਂ ਸਟਰਗਲ ਕਰ ਰਹੇ ਆ ਤੇ ਅਸੀਂ ਜਿਹੜਾ ਰਹਿਣ ਖੂਨ ਹੈ ਉਹ ਵੀ ਜਿਹੜੀ ਆ ਉਹ ਅਸੀਂ ਬਾਹਰ ਲੈ ਜਾਣਾ ਚਾਹੁੰਦੇ ਆ ਇਨ ਟਰਮਸ ਆਫ ਮਨੀ ਇਨ ਟਰਮਸ ਆਫ ਰਿਸੋਰਸ ਜਿਹੜੇ ਸਾਡੇ ਕੋਲ ਹੈਗੇ ਆ ਸੋ ਜਿਹੜੇ ਵੀ ਲੋਕ ਬਾਹਰ ਜਾ ਰਹੇ ਨੇ ਉਹਨਾਂ ਨੂੰ ਮੇਰੀ ਇੱਕੀ ਜੋ ਕਿ ਮੈਂ ਇਹਦੇ ਵਿੱਚੋਂ ਤਤ ਕੱਢਿਆ ਵਾ ਇੰਨੀ ਲੰਬੀ ਮੁਹਿਮਤੋਂ ਕਿ ਸਾਡੇ ਦੋਨੋਂ ਜਗ੍ਹਾ ਘਰ ਹੋਣੇ ਚਾਹੀਦੇ ਆ ਤੇ ਦੋਨੋਂ ਜਗ੍ਹਾ ਹੀ ਕਾਰੋਬਾਰ ਹੋਣੇ ਚਾਹੀਦੇ ਆ ਜਿਹੜਾ ਦੋਨੋਂ ਜਗ੍ਹਾ ਜਦੋਂ ਕਾਰੋਬਾਰ ਹੋਣਗੇ ਇਕਨੋਮਿਕ ਐਕਟੀਵਿਟੀ ਹੋਏਗੀ ਪੈਸੇ ਦਾ ਆਦਾਨ-ਪ੍ਰਦਾਨ ਹੋਏਗਾ ਉਹ ਇੱਕ ਪੋਜ਼ਿਟਿਵ ਚੀਜ਼ ਆ ਜੇ ਆਪਾਂ ਕੱਲੇ ਪੰਜਾਬ 'ਚ ਰਹਿ ਕੇ ਸਾਰਾ ਕੁਝ ਕਰੀ ਜਾਈਏ ਤੇ ਬਾਹਰ ਵਾਲਿਆਂ ਨੂੰ ਛੱਡ ਦਈਏ ਜਾਂ ਬਾਹਰ ਚਲ ਜਾਈਏ ਤੇ ਪੰਜਾਬ ਨੂੰ ਛੱਡ ਦਈਏ ਤਾਂ ਵੀ ਕੁਝ ਨਹੀਂ ਬਣਨਾ ਬ੍ਰਿਜ ਜਿਹੜਾ ਉਹ ਚਾਹੀਦਾ ਜੀ ਹਾਂ ਬੇਸ਼ੱਕ ਪ੍ਰਵਾਸ ਜਿਹੜਾ ਹੈ ਉਹ ਨਤੀਦਾ ਸਭ ਤੋਂ ਵੱਡਾ ਹੈਗਾ ਆ ਸਾਧਨ ਆ ਉਹਦੇ ਤੋਂ ਬਿਨਾ ਵੀ ਨਹੀਂ ਕੁਝ ਹੋ ਸਕਦਾ ਹਨਾ ਪਰ ਇਹ ਵੀ ਨਹੀਂ ਆ ਕਿ ਆਪਦਾ ਮੁਲਕ ਛੱਡ ਕੇ ਹਨਾ ਦੂਜੀ ਥਾਂ ਹੀ ਵਸ ਜਿਗੇ ਆ ਚਲੋ ਇਹ ਬਹੁਤ ਵਧੀਆ ਗੱਲ ਕੀਤੀ ਤੁਸੀਂ ਪਰ ਇਸ ਤੋਂ ਇਲਾਵਾ ਤੁਸੀਂ ਹੋਰ ਸਕੂਲ ਕਾਲਜਸ ਦੇ ਵਿੱਚ ਮੋਟੀਵੇਸ਼ਨਲ ਸਪੀਚ ਵੀ ਦਿਨੇ ਹੋ ਆ ਤੁਹਾਨੂੰ ਲੱਗਦਾ ਵੀ ਤੁਹਾਡੀ ਆਪਦੀ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਇਸ ਤਰ੍ਹਾਂ ਹੁੰਨੇ ਹੋ ਸਟ੍ਰੈਸ 'ਚ ਹੁੰਨੇ ਹੋ ਉਦੋਂ ਤੁਸੀਂ ਕੀ ਕਰਦੇ ਹੋ? ਆਹ ਆਪਦੀ ਜ਼ਿੰਦਗੀ 'ਚ ਮੈਂ ਖੁਦ ਆਪਣੀ ਖੱਤੀ ਕਾਉਂਸਲਿੰਗ ਕਰਦੀ ਆ ਠੀਕ ਐ ਸੋ ਵਧੀਆ ਫੈਮਿਲੀ ਮੈਨੂੰ ਮਿਲੀ ਐ ਮੇਰੇ ਹਸਬੰਡ ਵੀ ਬਹੁਤ ਵਧੀਆ ਉਹ ਵੀ ਵਧੀਆ ਕਾਉਂਸਲਿੰਗ ਕਰ ਦਿੰਦੇ ਮੇਰੇ ਮੰਮਾ ਵੀ ਠੀਕ ਐ ਸੋ ਅ ਸ਼ਾਇਦ ਮੈਂ ਲੱਗਦਾ ਕਿ ਜਨਮ ਹੀ ਇਸ ਲਈ ਲਾਇਆ ਕਿ ਬਹੁਤ ਹੀ ਵੱਡੀਆਂ ਵੱਡੀਆਂ ਮੁਸ਼ਕਲਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਉਹਨਾਂ ਨੂੰ ਕਿੱਦਾਂ ਸੋਲਵ ਕਰੀਦਾ ਵਾ ਕਿੱਦਾਂ ਆਪਣਾ ਸਬਰ ਵਧਾਉਣਾ ਵਾ ਪੇਸ਼ੈਂਸ ਵਧਾਣੀ ਆ ਤੇ ਉਹ ਚੀਜ਼ ਕਿੱਦਾਂ ਸੋਲਵ ਹੋਏਗੀ ਤੇ ਫਿਰ ਜਿਹੜੀ ਜਿਹਦੀ ਜ਼ਿੰਦਗੀ ਬਿਲਕੁਲੀ ਨਾਰਮਲ ਆ ਸਿੱਧੀ ਤੁਰਰੀ ਉਹ ਕਿਸੇ ਨੂੰ ਕੀਸ ਲਾ ਦੇਗਾ ਠੀਕ ਹੈ ਨਾ ਜਿਹੜਾ ਆਪ ਡਿਗ ਡਿਗ ਕੇ ਉੱਠਿਆ ਉਹਨੇ ਵੱਡੀਆਂ ਵੱਡੀਆਂ ਪ੍ਰੋਬਲਮ ਸੋਲਵ ਕੀਤੀਆਂ ਨੇ ਪਰੇਸ਼ਾਨੀਆਂ ਚਲਦੀਆਂ ਨੇ ਧੋਖੇ ਖਾਦੇ ਨੇ ਚੀਟਿੰਗ ਦੇਖੀ ਆ ਠੀਕ ਹੈ ਸੋ ਉਹ ਚੀਜ਼ ਜਿਹੜੀ ਜਦੋਂ ਸਾਡੇ ਨਾਲ ਹੁੰਦੀ ਆ ਤੇ ਫਿਰ ਆਪਾਂ ਕਰੇ ਜ ਰੱਖਦੇ ਆ ਕਿ ਆਪਾਂ ਉਹਨੂੰ ਸੋਲਵ ਕਰਨਾ ਠੀਕ ਹੈ ਗਿਵ ਅਪ ਨਹੀਂ ਕਰਦੇ ਤੇ ਫਿਰ ਮੈਨੂੰ ਲੱਗਦਾ ਕਿ ਮੋਟੀਵੇਸ਼ਨ ਬਣਦੀ ਆ ਠੀਕ ਹੈ ਨਾ ਫਿਰ ਉਹਦੇ ਨਾਲ ਆਪਾਂ ਹਜ਼ਾਰਾਂ ਹੋਰ ਲੋਕਾਂ ਦੀਆਂ ਪ੍ਰੋਬਲਮਸ ਵੀ ਸੋਲਵ ਕਰ ਸਕਦੇ ਆ ਜੀ ਬਾਕੀ ਇੰਨਾ ਮੇ ਕੋਈ ਟਾਈਮ ਤੇ ਨਹੀਂ ਹੁੰਦਾ ਬਟ ਸਟਿਲ ਅ ਜੇ ਕੋਈ ਮੈਨੂੰ ਸੁਣਨਾ ਚਾਹੁੰਦਾ ਹੈ ਤੇ ਮੈਂ ਜ਼ਰੂਰ ਉਹਨੂੰ ਵੀ ਇੱਕ ਯੂ نو ਇਟ ਇਜ਼ ਮਾਈ ਵੇ ਆਫ ギਵਿੰਗ ਬੈਕ ਰਿਸਪੈਕਟ ਟੂ ਪੀਪਲ ਕਿ ਇਫ ਦੇ ਵਾਂਟ ਕਿ ਉਹ ਮੈਨੂੰ ਕਿਸੇ ਸਟੇਜ ਤੇ ਵੇਖਣਾ ਚਾਹੁੰਦੇ ਨੇ ਤੇ ਮੈਂ ਫਿਰ ਉਹਨਾਂ ਦਾ ਇਨਵੀਟੇਸ਼ਨ ਸਵੀਕਾਰ ਕਰਨ ਦੀ ਕੋਸ਼ਿਸ਼ ਕਰਦੀ ਨਹੀਂ ਤੁਸੀਂ ਸੈਂਕੜੇ ਲੋਕਾਂ ਲਈ ਉਦਾਹਰਨ ਬਣੇ ਹੋ ਸਿਰਫ ਇੱਕ ਕਹਿ ਦੇਣਾ ਤੇ ਫਿਰ ਉਸ ਚੀਜ਼ ਤੇ ਖਰੇ ਉਤਰਨਾ ਨਾ ਤੁਸੀਂ ਐਗਜ਼ਾਮਪਲ ਸੈੱਟ ਕੀਤੀ ਆ ਤੁਸੀਂ ਸੈਂਕੜੇ ਲੋਕਾਂ ਲਈ ਉਦਾਹਰਨ ਸੈੱਟ ਕੀਤੀ ਹੈ ਨਾ ਇੱਕ ਹੁੰਦਾ ਵੀ ਇਹ ਚੀਜ਼ ਕਹਿ ਦੇਣੀ ਵੀ ਮੈਂ ਇਸ ਤਰ੍ਹਾਂ ਕਰੂੰਗੀ ਤੁਸੀਂ ਉਹ ਕਰਕੇ ਵੀ ਦਿਖਾਇਆ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਜੋ ਵੀ ਤੁਸੀਂ ਹੁੰਦਾ ਹੈ ਉਹ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕਰਦੇ ਹੋ ਤੁਹਾਨੂੰ ਲੱਗਦਾ ਵੀ ਇਹ ਇੱਕ ਬਹੁਤ ਹੀ ਦਰੁਸਤ ਤਰੀਕਾ ਆ ਵੀ ਇਹਦਾ ਕੋਈ ਹੋਰ ਹੱਲ ਹੋ ਸਕਦਾ ਹੈ ਵੀ ਇਹਦੀ ਕੋਈ ਕਿਤਾਬ ਛਾਪੀ ਜਾ ਸਕਦੀ ਆ ਹਨਾ ਉਹਨੂੰ ਇੱਕ ਸੋਹਰਦ ਆਡੀਅנס ਮਿਲਦੀ ਆ ਪਾਠਕ ਵਧੀਆ ਮਿਲਦੇ ਆ ਹਨਾ ਸੋਸ਼ਲ ਮੀਡੀਆ ਤੇ ਅਸੀਂ ਛੱਟ ਦੇਣੀ ਆਪਣਾ ਰੀਐਕਟ ਕਰ ਦਿੰਨੇ ਆ ਹਨਾ ਤੇ ਤੁਹਾਨੂੰ ਲੱਗਦਾ ਵੀ ਜੋ ਤੁਸੀਂ ਪੋਸਟ ਕਰਦੇ ਹੋ ਵੀ ਇਸ ਤਰ੍ਹਾਂ ਕਰਨਾ ਵਧੀਆ ਆ ਮੈਨੂੰ ਲੱਗਦਾ ਕਿ ਜ਼ਿੰਦਗੀ ਬਹੁਤ ਛੋਟੀ ਆ ਤੇ ਇੱਥੇ ਪਤਾ ਨਹੀਂ ਕਦੋਂ ਕਿਸੇ ਨੇ ਚੱਲ ਜਾਣਾ ਰਾਈਟਸ ਇਸ ਕਰਕੇ ਮੇਰੇ ਕੋ ਮੈਨੂੰ ਨਹੀਂ ਲੱਗਦਾ ਕਿ ਮੈਂ ਉਸ ਪੱਲਾਂ ਦੀ ਉਸ ਦਿਨਾਂ ਦੀ ਉਹਨਾਂ ਸਾਲਾਂ ਦੀ ਵੇਟ ਕਰ ਰਹੀ ਆ ਕਿ ਜਿੱਥੇ ਮੈਂ ਇੱਕ ਕਿਤਾਬ ਲਿਖਾਂਗੀ ਫਿਰ ਲੋਕ ਪੜਨਗੇ ਫਿਰ ਉਹਨਾਂ ਨੂੰ ਪਤਾ ਲੱਗੇਗਾ ਠੀਕ ਹੈ ਸੋ ਮੇਰੀ ਤੇ ਹੁਣ ਵੀ ਉਹੀ ਟਾਈਮ ਦੀ ਪ੍ਰੋਬਲਮ ਹੈ ਮੈਂ ਤੇ ਆਪਣੀ ਜਰਨੀ ਸ਼ੁਰੂ ਤੋਂ ਹੀ ਨਾਲ-ਨਾਲ ਲਿਖੀ ਆ ਹਾਂ ਹਾਂ ਭਾਵੇਂ ਉਹ ਬਿਜ਼ਨਸ ਦੀ ਆ ਭਾਵੇਂ ਉਹਦਾ ਜਿਹਦੇ ਕਰਕੇ ਮੈਨੂੰ ਮੁਸ਼ਕਲਾਂ ਵੀ ਆਉਂਦੀਆਂ ਕਿਉਂਕਿ ਲੋਕਾਂ ਨੂੰ ਇੱਕਦਮ ਪਤਾ ਲੱਗ ਜਾਂਦਾ ਕਿ ਅੱਛਾ ਹੁਣੇ ਪ੍ਰੋਬਲਮ ਚਾ ਤੇ ਜਦੋਂ ਤੇ ਪ੍ਰੋਬਲਮ ਜੁੰਦੇ ਸਗੋ ਹੀ ਨਹੀਂ ਲੋਕ ਮਦਦ ਕਰਦੇ ਠੀਕ ਹੈ ਨਾ ਤੁਹਾਨੂੰ ਹਲਕਾ ਸਮਝਦੇ ਆ ਸੋ ਇੱਕੀ ਲਿਖਣਾ ਮੇਰਾ ਪੈਸ਼ਨ ਹੈ ਤੇ ਮੈਨੂੰ ਪਤਾ ਕਿ ਮੇਰੀ ਉਮਰ ਦੇ ਲੋਕ ਮੇਰੇ ਨਾਲ ਨਾਲ ਸੇਮ ਪ੍ਰੋਬਲਮਸ ਮਤਲਬ ਫੇਸ ਕਰ ਰਹੇ ਹੁੰਦੇ ਆ ਉਹਨਾਂ ਨੂੰ ਵਿੱਚੋਂ ਫਿਰ ਹੱਲ ਲੱਭਦੇ ਆ ਤੇ ਇਹ ਕਿ ਮੈਨੂੰ ਆਪਣੀ ਜਰਨੀ ਤੋਂ ਮੈਨੂੰ ਖੁਦ ਆਪਣੇ ਆਪ ਤੋਂ ਬਹੁਤ એનર્ਜੀ ਮਿਲਦੀ ਆ ਮੈਨੂੰ ਕੋਈ ਨਵੀਂ ਮੁਸ਼ਕਲ ਲੱਗਦੀ ਆ ਤੇ ਮੈਨੂੰ ਲੱਗਦਾ ਕਿ ਅੱਛਾ ਫਿਰ ਵੀ ਮੈਂ ਉੱਠ ਸਕਦੀ ਆ ਤੇ ਬੜੀ ਵੱਡੀ ਗੱਲ ਹੈ ਜੀ ਆ ਜੋ ਸੁਪਨਾ ਤੁਸੀਂ ਦੇਖਿਆ ਸੀਗਾ ਹੈਨਾ ਤੁਹਾਨੂੰ ਲੱਗਦਾ ਵੀ ਉਹ ਪੂਰਾ ਹੋ ਗਿਆ ਹੁਣ ਹਾਂਜੀ ਹਾਂ ਜੋ ਵੀ ਮੈਂ ਸੁਪਨਾ ਦੇਖਿਆ ਉਹ ਤੇ ਮੇਰਾ ਕੱਲੀ ਦਾ ਤੇ ਪੂਰਾ ਹੋ ਗਿਆ ਬਟ ਓਵਰਆਲ ਜੋ ਮੈਂ ਇੱਕ ਕਿਉਂਕਿ ਵਿਜਨਰੀ ਆ ਬਹੁਤ ਵੱਡਾ ਸੋਚਦੀ ਆ ਤੇ ਉਹਨੂੰ ਪਤਾ ਨਹੀਂ ਜਨਰੇਸ਼ਨਸ ਵੀ ਲੱਗ ਸਕਦੀਆਂ ਜਿੱਦਾਂ ਮੈਂ ਸੋਚਿਆ ਠੀਕ ਹੈ ਬਾਕੀ ਕੀ ਇੱਕ ਸੈਕਰੀਫਾਈਸ ਹੈਗਾ ਕਿ ਜਦੋਂ ਅਸੀਂ ਆਪਣੀ ਲੈਂਡ ਚੂਜ਼ ਕਰਦੇ ਆ ਨਵਾਂ ਕੁਝ ਕਰਨਾ ਚਾਹੁੰਦੇ ਆ ਖੋਦੇ ਪੈਸੇ ਆ ਤੋਂ ਸ਼ੁਰੂ ਕਰਦੇ ਆ ਇੰਨੇ ਅਪ ਐਂਡ ਡਾਊਨ ਦੇਖਦੇ ਆ ਠੀਕ ਹੈ ਤੁਹਾਨੂੰ ਕੋਈ ਸਪੋਰਟ ਵੀ ਨਹੀਂ ਆ ਕਿ ਤੁਹਾਨੂੰ ਕੋਈ ਲੋਨਸ ਮਿਲ ਜਾਣ ਕੋਈ ਸਹੀ ਤਰੀਕੇ ਨਾਲ ਇੰਨਾ ਜ਼ਿਆਦਾ ਇੰਟਰਸਟ ਹੈ ਮਤਲਬ ਬਹੁਤ ਜ਼ਿਆਦਾ ਇੱਕ ਸਮਝੋ ਕਿ ਮੈਂ ਪਹਾੜ ਹੀ ਛੋੜ ਲਿਆ ਆਪਣੀ ਜ਼ਿੰਦਗੀ ਦੇ ਵਿੱਚ ਸੋ ਜੋ ਪਹਾੜ ਦਾ ਐਂਡ ਰਿਜ਼ਲਟ ਹੁੰਦਾ ਹੈ ਕਿ ਐਂਡ ਤੇ ਤੁਹਾਨੂੰ ਹੁੰਦਾ ਕਿ ਤੁਹਾਡੇ ਕੋਲ ਯੂ نو ਦ ਬੈਸਟ ਆਫ ਦਾ ਥਿੰਗ ਕਿ ਅਸੀਂ ਪ੍ਰਾਈਮ ਮਿਨਿਸਟਰ ਤੋਂ ਰੈਕੋਗਨਾਈਜ਼ ਹੋ ਗਏ ਅਸੀਂ ਵੱਡੀਆਂ ਵੱਡੀਆਂ ਸਟੇਜਿਸ ਤੇ ਚੱਲ ਗਏ ਵਧੀਆ ਕਾਲਜਿਸ ਤੇ ਜਾ ਕੇ ਬੋਲ ਲਿਆ ਇਹਨੇ ਲੋਕ ਤੁਹਾਨੂੰ ਫੋਲੋ ਕਰ ਰਹੇ ਨੇ ਠੀਕ ਹੈ ਸੋ ਹਰ ਚੀਜ਼ ਜਿਹੜੀ ਆ ਉਹ ਤੁਹਾਨੂੰ ਮਿਲ ਗਈ ਆ ਠੀਕ ਹੈ ਪਰ ਵਿਚੋਂ ਉਹ ਜਰਨੀ ਨੂੰ ਸਮੂਥ ਕਰਨਾ ਉਹਦੇ ਤੇ ਜਿਹੜਾ ਉਹ ਹਜੇ ਕੰਮ ਚੱਲ ਰਿਹਾ ਠੀਕ ਹੈ ਸੋ ਮੈਨੂੰ ਪਾਣਾ ਕੁਝ ਨਹੀਂ ਕਿ ਅਖੀਰ ਤੇ ਮੈਂ ਇੱਥੇ ਪਹੁੰਚਣਾ ਉਹ ਅਖੀਰ ਵਾਲੀ ਚੀਜ਼ ਮੈਨੂੰ ਬਹੁਤ ਪਹਿਲਾਂ ਹੀ ਮਿਲ ਗਈ ਆ ਪਰ ਉਹ ਜਰਨੀ ਨੂੰ ਵਿਚ ਵਾਲੀ ਜਿਹੜੀ ਆ ਕਿ ਉਹ ਉਹਦੇ ਤੇ ਹਜੇ ਕਾਫੀ ਕੰਮ ਕਰਨ ਵਾਲਾ ਜੀ ਤੇ ਉਹਦੇ ਤੇ ਮੈਂ ਕੰਮ ਕਰ ਰਹੀ ਹਾਂ ਡੇਲੀ ਆਈ ਏਮ ਵਰਕਿੰਗ ਕਿ ਆਪਣਾ ਬਿਜ਼ਨਸ ਕਿੱਦਾਂ ਸਹੀ ਕਰਨਾ ਹੈ ਕਿੱਦਾਂ ਮੈਂ 100 ਲੋਕਾਂ ਨੂੰ ਸਹੀ ਤਰ੍ਹਾਂ ਜੌਬ ਦੇ ਸਕਾਂ ਉਹਨਾਂ ਦੀ ਸੈਲਰੀ ਆਮ ਨਾਲ ਜਾਵੇ ਕਿੱਦਾਂ ਆਪਾਂ ਯੂ ਨੋ ਓਵਰਆਲ ਚੀਜ਼ਾਂ ਨੂੰ ਮੈਨੇਜ ਕਰਨਾ ਸੋ ਉਹ ਚੀਜ਼ਾਂ ਤੇ ਅੱਜ ਵੀ ਕੰਮ ਚੱਲ ਰਿਹਾ ਹੈ 5 ਸਾਲ ਪਹਿਲਾਂ ਵੀ ਚੱਲ ਰਿਹਾ ਸੀ ਮੈਨੂੰ ਲੱਗਦਾ ਹੈ ਕਿ ਹਜੇ ਵੀ 5 ਸਾਲ ਜਾਂ 10 ਸਾਲ ਹੋਰ ਲੱਗ ਜਾਣਗੇ ਇਹ ਚੀਜ਼ ਨੂੰ ਪ੍ਰੂਫ ਕਰਨ ਲਈ ਕਿ ਜੇ ਮੈਂ ਸੋਚਿਆ ਕਿ ਪਿੰਡ ਵਿੱਚ ਅਸੀਂ ਸੋ ਬੰਦਿਆਂ ਨੂੰ ਵਧੀਆ ਨੌਕਰੀ ਦੇ ਸਕਦੇ ਆ ਤੇ ਹੋ ਸਕਦਾ ਹੈ ਪਰ ਇਹ ਕਿ ਜਿੰਨੇ ਸਾਨੂੰ ਇਹ ਚੀਜ਼ ਨੂੰ ਪ੍ਰੂਫ ਕਰਨ ਲਈ ਸਾਡੇ ਦੇਸ਼ 'ਚ ਸਾਡੀ ਸਟੇਟ 'ਚ ਸਾਡਾ ਜ਼ੋਰ ਲੱਗ ਰਿਹਾ ਵਾ ਉਹ ਬਿਲਕੁਲ ਜਾਇਜ਼ ਨਹੀਂ ਹੈਗਾ ਠੀਕ ਹੈ ਸੋ ਇਹ ਕਿ ਬਹੁਤ ਹੀ ਜ਼ਿਆਦਾ ਸੋਵਰ ਸੋਚਣਾ ਪੈਂਦਾ ਕਿਸੇ ਨੂੰ ਸਲਾਹ ਦੇਣ ਲੱਗਿਆਂ ਕਿ ਤੁਸੀਂ ਪੰਜਾਬ ਵਿੱਚ ਕੁਝ ਕਰੋ ਜੀ ਠੀਕ ਹੈ ਠੀਕ ਸੋ ਕਿਉਂਕਿ ਆਪਣਾ ਹੀ ਨਹੀਂ ਜਿਉ ਸੈਟ ਨਹੀਂ ਆ ਰਿਹਾ ਕੰਮ ਠੀਕ ਹੈ ਤੇ ਦੂਜੇ ਨੂੰ ਕੀ ਕਰੀਏ ਚੀਜ਼ਾਂ ਕਰਨੀਆਂ ਬਹੁਤ ਸੌਖੀਆਂ ਨੇ ਠੀਕ ਹੈ ਪਰੇ ਕਿ ਜਦੋਂ ਤੁਸੀਂ ਇੱਕ ਇਮਾਨਦਾਰੀ ਦਾ ਰਾਹ ਫੜਿਆ ਫਿਰ ਠੀਕ ਹੈ ਤੁਸੀਂ ਸਹੀ ਤਰ੍ਹਾਂ ਬਿਜ਼ਨਸ ਕਰਨਾ ਹੋਵੇ ਠੀਕ ਹੈ ਇੱਥੇ ਹੁਣੇ ਤੁਸੀਂ ਜਿਹੜਾ ਵਾ ਉਹ 1 ਕਰੋੜ ਦਾ ਬਿਜ਼ਨਸ ਕੈਸ਼ ਚ ਕਰ ਲਓ ਤੇ ਤੁਹਾਡਾ 20 ਲੱਖ ਉਹਦਾ ਵੱਜ ਜਾਂਦਾ ਤੁਹਾਨੂੰ ਟੈਕਸ ਨਹੀਂ ਦੇਣਾ ਪੈਣਾ ਹਨਾ ਸੋ ਇਹ ਹੈ ਕਿ ਸਹੀ ਤਰੀਕੇ ਨਾਲ ਕੰਮ ਕਰਕੇ ਜਿਵੇਂ ਸਾਡਾ ਸਿਸਟਮ ਬਣਿਆ ਵਾ ਉਸ ਤਰੀਕੇ ਨਾਲ ਉਹਨੂੰ ਪ੍ਰੋਫਿਟੇਬਲ ਕਰਨਾ ਠੀਕ ਹੈ ਤੇ ਉਹਨੂੰ ਸਕਸੈਸਫੁਲ ਬਣਾਉਣਾ ਬਹੁਤ ਹੀ ਜਿਹੜਾ ਵਾ ਉਹ ਇੱਕ ਟਫ ਜੌਬ ਆ ਮੈਨੂੰ 10 ਸਾਲ ਹੋ ਚਲੇ ਜੀ ਇਹਨੂੰ ਪ੍ਰੂਫ ਕਰਦੇ ਤੇ ਅਜੇ ਵੀ ਮੈਨੂੰ ਲੱਗਦਾ ਕਿ 10 ਸਾਲ ਹੋਰ ਲੱਗ ਜਾਣੇ ਜੀ ਮਤਲਬ ਮੈਂ ਇਸੇ ਸਵਾਲ ਤੇ ਆਉਣ ਲੱਗੀ ਸੀ ਵੀ ਇੱਕ ਔਰਤ ਹੋਣ ਜਦੋਂ ਇੱਕ ਔਰਤ ਕਿਸੇ ਵੀ ਫੀਲਡ ਦੇ ਵਿੱਚ ਕਾਮਯਾਬੀ ਹਾਸਿਲ ਕਰਦੀ ਹੈ ਨਾ ਉਹਨੂੰ ਜਿਹੜਾ ਵਿਰੋਧ ਆ ਘਰ ਤੋਂ ਹੀ ਚਲਣਾ ਸ਼ੁਰੂ ਕਰਨਾ ਹੋ ਜਾਂਦਾ ਹੈ ਹੈਨਾ ਘਰ ਤੋਂ ਫੇਰ ਆਲੇ-ਦੁਆਲੇ ਸਮਾਜ ਰਿਸ਼ਤੇਦਾਰ ਹੈਨਾ ਫੇਰ ਕਿਤੇ ਜਾ ਕੇ ਉਹ ਆਪਦੇ ਜਿਹੜੇ ਸੁਪਨਿਆਂ ਨੂੰ ਸਕਾਰ ਕਰ ਪਾਉਂਦੀ ਹੈ ਹੈਨਾ ਸੋ ਇਹਨਾਂ ਚੁਣੌਤੀਆਂ ਨੂੰ ਤੁਸੀਂ ਤੇ ਆਪਣੇ ਪਰਿਵਾਰ ਨੂੰ ਕਿਵੇਂ ਮੈਨੇਜ ਕਰਦੇ ਹੋ ਮੇਰੇ ਪੇਰੈਂਟਸ ਉੱਥੇ ਵੀ ਤੇ ਇੱਥੇ ਵੀ ਮਤਲਬ ਇਸ ਚੀਜ਼ ਤੋਂ ਮੈਂ ਬLESSED ਹਾਂ ਮੈਨੂੰ ਪਤਾ ਬਹੁਤ ਕੁੜੀਆਂ ਨੂੰ ਮੁਸ਼ਕਲ ਆਉਂਦੀ ਹੈ ਇਸ ਚੀਜ਼ ਦੀ ਠੀਕ ਹੈ ਸਾਰੇ ਉਹਨਾਂ ਦੇ ਨਾਲ ਨਹੀਂ ਖੜੇ ਹੁੰਦੇ ਪਰ ਇਹ ਮੈਂ ਕਵਾਂਗੀ ਕਿ ਮੇਰੇ ਮੰਮੀ ਪਾਪਾ ਮੇਰਾ ਬ੍ਰਦਰ ਜੀ ਤੇ ਇੱਥੇ ਮੇਰੇ ਮੰਮੀ ਪਾਪਾ ਤੇ ਮੇਰੇ ਹਸਬੰਡ ਜਿਹੜੇ ਆ ਉਹ 101% ਮੇਰੇ ਨਾਲ ਆ ਤੇ ਮੈਨੂੰ ਲੱਗਦਾ ਕਿ ਸਿਰਫ ਇਹ 6 ਜਾਣੇ ਮੇਰੀ એનર્ਜੀ ਆ ਠੀਕ ਹੈ ਉਹਨਾਂ ਕਰਕੇ ਮੈਂ ਰੋਜ਼ ਉੱਠ ਪਾਨੀ ਆ ਉਹ ਮੇਰੀ ਇੰਨੀ ਕੇਅਰ ਕਰਦੇ ਮੈਨੂੰ ਇੰਨਾ ਪਿਆਰ ਕਰਦੇ ਤੇ ਮੈਂ ਜਿਹੜਾ ਉਹ ਕੰਮ ਕਰ ਪਾਉਣੀ ਆ ਜੀ ਕਿਈ ਵਾਰੀ ਤੁਹਾਨੂੰ ਬਿਜ਼ਨਸ 파ਟਨਰ ਨਹੀਂ ਸਹੀ ਮਿਲਦਾ ਹਨਾ ਕਈ ਵਾਰੀ 파ਟਨਰ ਨਹੀਂ ਸਹੀ ਮਿਲਦਾ ਠੀਕ ਹੈ ਸੋ ਅ ਜੋ ਠੀਕ ਆ ਉਹਨੂੰ ਠੀਕ ਕਹਿਣਾ ਜੋ ਨਹੀਂ ਠੀਕ ਉਹ ਨਹੀਂ ਠੀਕ ਠੀਕ ਸੋ ਪਰ ਟੇਕੀ ਮੈਂ ਕਾਫੀ ਐਕਸਟ੍ਰੀਮ ਲੈਵਲ ਦੀ ਜਿਹੜੀ ਆ ਉਹ ਅ ਕਹਿ ਲੋ ਕਿ ਚੀਟਿੰਗ ਜਿਹੜੀ ਆ ਉਹ ਮੈਂ ਦੇਖੀ ਆ ਠੀਕ ਆ ਤੇ ਕਾਫੀ ਐਕਸਟ੍ਰੀਮ ਲੈਵਲ ਦਾ ਜਿਹੜਾ ਕਿ ਕਿੱਦਾਂ ਕਿਸੇ ਨੂੰ ਆਪਣਾ ਕੰਮ ਪੂਰਾ ਕਰਨ ਲਈ ਹਨਾ ਯੂਜ਼ ਕਰ ਲੈਣਾ ਉਹ ਚੀਜ਼ ਮੈਂ ਦੇਖੀ ਸੋ ਮੈਨੂੰ ਅ ਪਰ ਮੈਂ ਇਹੀ ਚੁਣਿਆ ਮੇਰੀ ਜਰਨੀ ਬਹੁਤ ਟਫ ਹੋ ਗਈ ਮੈਂ ਕਦੀ 5 ਰੁਪਏ ਦੀ ਟੈਨਸ਼ਨ ਨਹੀਂ ਲਈ ਆਪਣੀ ਲਾਈਫ ਦੇ ਵਿੱਚ ਠੀਕ ਹੈ ਤੇ ਅੱਜ ਮੈਂ ਸੋਚਾਂ ਤੇ ਮੈਂ 4-5 ਕਰੋੜ ਦੀ ਟੈਨਸ਼ਨ ਨਾ ਮੈਨੂੰ ਠੀਕ ਹੈ ਸੋ ਇਹ ਕਿ ਪਰ ਮੈਂ ਇਹੀ ਚੁਣਿਆ ਇਸ ਚੀਜ਼ ਨੂੰ ਚੁਣਨ ਲਈ ਮੇਰੀ ਨਿਊ ਫੈਮਿਲੀ ਨੇ ਵੀ ਮੈਨੂੰ ਬੜੀ ਹੈਲਪ ਕੀਤੀ ਜੀ ਕਿ ਮੈਂ ਅੱਛੇ ਹੀ ਰਹਿਣਾ ਵਾ ਠੀਕ ਹੈ ਨਾ ਸੋ ਨਾਈਸ ਹੀ ਰਹਿਣਾ ਮੈਂ ਤੇ ਮੇਰੀ ਕਿਸਮਤ ਚ ਰੱਬ ਨੇ ਲਿਖਿਆ ਹੋਊਗਾ ਕਿ ਮੇਰੇ ਥਰੂ ਪ੍ਰੋਬਲਮ ਸੋਲਵ ਹੋਣੀਆਂ ਵਾ ਠੀਕ ਹੈ ਸੋ ਕਿਸੇ ਨਾਲ ਕੰਪੀਟ ਕਰਨਾ ਜੀ ਜਾਂ ਉਹਨੂੰ ਦੋਸ਼ ਦੇਈ ਜਾਣਾ ਜਾਂ ਕੁਝ ਇਹ ਚੀਜ਼ਾਂ ਤੇ ਮੈਂ ਟਾਈਮ ਨਹੀਂ ਵੇਸ ਕਰਾਂਗੀ ਮੈਂ ਉਹ ਚੀਜ਼ਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੀ ਬਟ ਇਹ ਕਿ ਜਦੋਂ ਤੁਹਾਨੂੰ ਬਹੁਤ ক্লোਜ਼ ਲੋਕ ਜ਼ਿੰਦਗੀ ਦੇ ਵਿੱਚ ਧੋਖਾ ਦਿੰਦੇ ਆ ਜੀ ਤੇ ਉਹ ਉਹਦੇ ਤੋਂ ਸੰਭਲਣਾ ਜਿਹੜਾ ਵਾ ਕਈ ਵਾਰੀ ਇਟ ਇਜ਼ ਵੈਰੀ ਵੈਰੀ ਟਫ ਚਲੋ ਇਹਨਾਂ ਵੀ ਅਭੀ ਮਜ਼ਬੂਤ ਵੀ ਬਹੁਤ ਕਰ ਰਹੇ ਹਾਂ ਹਾਂ ਮਜ਼ਬੂਤ ਕਰ ਰਹੇ ਨੇ ਪਰ ਜਿਵੇਂ ਕਹਿੰਦੇ ਨੇ ਨਾ ਕਿ ਤੁਹਾਡੇ ਆਪਣੇ ਤੁਹਾਨੂੰ ਧੋਖਾ ਦਿੰਦੇ ਆ ਉਹ ਸੱਚ ਹੀ ਹੈਗਾ ਮਤਲਬ ਜੋ ਬਣਿਆਗਾ ਹਵਤਾ ਉਹ ਬਿਲਕੁਲ ਸਹੀ ਆ ਜਿਹੜੇ ਲੋਕ ਤੁਹਾਨੂੰ ਸਭ ਤੋਂ ਕਲੋਸਲੀ ਜਾਣਦੇ ਆ ਠੀਕ ਆ ਉਹੀ ਤੁਹਾਨੂੰ ਬਹੁਤ ਹੀ ਬੁਰੀ ਤਰ੍ਹਾਂ ਜਿਹੜਾ ਵਾ ਉਹ ਜ਼ਿੰਦਗੀ ਚ ਸੁੱਟਦੇ ਅਤੇ ਤੁਸੀਂ ਜਿਹੜਾ ਮਤਲਬ ਕਿ ਆਪਣੀ ਕਲਪਨਾ ਵਿੱਚ ਵੀ ਸੋਚ ਨਹੀਂ ਸਕਦੇ ਕਿ ਇਹ ਵੀ ਬੰਦਾ ਤਾਂ ਨਾ ਇਦਾਂ ਕਰ ਸਕਦਾ ਠੀਕ ਹੈ ਸੋ ਉਹੀ ਕਿ ਅੱਛੇ ਬਣੇ ਰਹੋ ਤੇ ਰੱਬ ਤੇ ਬਿਲੀਵ ਕਰੋ ਤੇ ਐਂਡ ਤੇ ਮੈਂ ਤੇ ਆਪੇ ਹੀ ਦੇਖਣਾ ਕਿ ਐਂਡ ਤੇ ਚੰਗਾ ਹੀ ਹੋਏ ਤੇ ਵਧੀਆ ਗੱਲ ਆ ਨਹੀਂ ਹੁੰਦਾ ਹੀ ਆ ਇਸ ਤਰ੍ਹਾਂ ਤੇ ਹੋਏਗਾ ਵੀ ਚੰਗਾ ਤੁਸੀਂ ਬਹੁਤ ਸੋਹਣਾ ਆਪਣਾ ਸੁਪਨਾ ਲੈ ਕੇ ਚੱਲਿਓ ਚੰਗਾ ਸੋਚ ਕੇ ਚੱਲਿਓ ਤਾਂ ਚੰਗਾ ਹੀ ਹੋਏਗਾ ਅੱਛਾ ਤੁਹਾਡੇ ਨਾਮ ਨਾਲ ਨਾ ਇੱਕ ਜੁੜਿਆ ਹੋਇਆ ਵੀ ਬਹੁਤ ਸਾਲ ਪਹਿਲਾਂ ਅਸੀਂ ਵੀ ਸੁਣਦੇ ਹੁੰਦੇ ਸੀ ਮੰਦੀਪ ਟੰਗੜਾ ਕੌਣ ਮੰਦੀਪ ਟੰਗੜਾ ਉਹ ਬੂਟਾਂ ਵਾਲੇ ਮੈਡਮ ਹੈਨਾ ਉਹ ਕੈਂਪੇਨ ਤੁਹਾਡੀ ਬਾਰੇ ਮੈਂ ਜਾਨਣਾ ਚਾਹੂੰਗੀ ਵੀ ਕਿੱਥੇ ਕੈਂਪੇਨ ਮੈਂ অলਮੋਸਟ ਆਈ ਥਿੰਕ 2 13 ਚ 14 ਚ ਮੈਂ ਸ਼ੁਰੂ ਕੀਤਾ ਸੀ ਤੇ ਪਹਿਲਾਂ ਮੈਂ 2013 ਤੋਂ ਲੈ ਕੇ 2000 ਆਈ ਥਿੰਕ 17 ਤੱਕ 16 17 ਤੱਕ ਅਸੀਂ ਉਹਨੂੰ ਖੋਦ ਹੀ ਕਰਦੇ ਸੀ ਆਪਣੀ ਕੰਪਨੀ ਵੱਲੋਂ ਜੀ ਫਿਰ ਮੈਂ ਵਿੱਚੋਂ ਦੋ 2.5 ਸਾਲ ਲਿਕ ਐਨਜੀਓ ਸਟਾਰਟ ਕੀਤਾ ਠੀਕ ਹੈ ਐਨਜੀਓ ਤੋਂ ਮੈਂ ਰੀਅਲਾਈਜ਼ ਕੀਤਾ ਕਿ ਮੇਰੀ ਜਿਹੜੀ ਬਿਜ਼ਨਸ ਇਮੇਜ ਆ ਕਿ ਮੈਂ ਇੱਕ ਕਾਰੋਬਾਰੀ ਆ ਜਾਂ ਮੈਂ ਇੱਕ ਅੱਛਾ ਸਟੂਡੈਂਟ ਰਹੀ ਆ ਜਾਂ ਸਾਡੇ ਚ ਵੀ ਕੈਪੇਬਿਲਿਟੀ ਆ ਰਾਈਟ ਉਹ ਸਾਡੀ ਸਾਰੀ ਇਮੇਜ ਜਿਹੜੀ ਆ ਉਹ ਹਾਈਡ ਹੋ ਜਾਂਦੀ ਆ ਤੇ ਹਰ ਇੱਕ ਨੂੰ ਲੱਗਦਾ ਕਿ ਆਪਾਂ ਇੱਕ ਸੋਸ਼ਲ ਵਰਕਰ ਆ ਸੋ ਇਸ ਕਰਕੇ ਮੇਰਾ ਮੇਜਰ ਰੀਜ਼ਨ ਰਿਹਾ ਕਿ ਮੈਂ 2020 ਦੇ ਵਿੱਚ ਮੈਂ ਜਿਹੜੀ ਐਨਜੀਓ ਪਰਮਨੈਂਟਲੀ ਕਲੋਜ਼ ਕਰਤੀ ਸੀ ਉਸ ਤੋਂ ਬਾਅਦ ਫਿਰ ਮੈਂ ਅ ਦੋ ਸਵਾ ਦੋ ਸਾਲ ਜਿਹੜੀ ਉਹ ਐਨ ਜੀਓ ਚ ਸ਼ੂ ਕੈਂਪੇਨ ਲੈੰਦਾ ਫਿਰ ਉਸ ਤੋਂ ਬਾਅਦ ਮੈਂ ਫੇਰ 2020 ਤੋਂ ਫੇਰ ਹੁਣ ਅਸੀਂ ਸੈਲਫ ਕੈਂਪੇਨ ਹੀ ਕਰਦੇ ਆ ਮਤਲਬ ਕਿ ਸੈਲਫ ਫੰਡਡ ਕੈਂਪੇਨਸ ਹੀ ਕਰਦੇ ਆ ਤੇ ਆਲਮੋਸਟ ਅਸੀਂ 20000 ਸ਼ੂਜ਼ ਕੰਪਲੀਟ ਕਰ ਚੁੱਕੇ ਆ ਤੇ 400 ਪਲੱਸ ਕੈਂਪੇਨ ਜਿਹੜੇ ਅਸੀਂ ਕਰ ਚੁੱਕੇ ਆ ਜੀ ਇਹ ਜਿਹੜਾ ਕੈਂਪੇਨ ਆ ਇਹ ਮੇਰੇ ਨਾਲ ਨਿੱਜੀ ਜੁੜਿਆ ਹੋਇਆ ਤੇ ਹੁਣ ਮੈਨੂੰ ਜੇ ਕੋਈ ਕਹਿੰਦਾ ਵੀ ਆ ਤੇ ਮੈਂ ਕਿਸੇ ਨੂੰ ਇਹਦੇ ਵਿੱਚ ਕਿਸੇ ਵੀ ਕਿਸੇ ਸਪੋਰਟ ਨਹੀਂ ਲੈਂਦੇ ਨਾ ਪਹਿਲਾਂ ਲੈਂਦੇ ਸੀ ਬਸ ਵਿੱਚ ਜਿਹੜੇ ਐਨਜੀਓ ਵਾਲੇ ইয়ারਸ ਆ ਉਹਦੇ ਵਿੱਚ ਅਸੀਂ ਇਕੱਠੇ ਕੈਂਪੇਨ ਕੀਤੀ ਕਈਆਂ ਦੇ ਨਾਲ ਬਟ ਹੁਣ ਵੀ ਨਹੀਂ ਅਸੀਂ ਲਾਸਟ 4 ইয়ারਸ ਤੋਂ ਜਿਹੜਾ ਵਾ ਇਹਨੂੰ ਖੁਦ ਹੀ ਕਰ ਰਹੇ ਤੇ ਪਹਿਲਾਂ ਇਹ ਹੁੰਦਾ ਸੀ ਕਿ ਮਹੀਨੇ ਤੇ ਤਿੰਨ ਚਾਰ ਕੈਂਪੇਨ ਹੋ ਜਾਂਦੇ ਸੀ ਹੁਣ ਮਹੀਨੇ ਦਾ ਇੱਕੋ ਜਾਂਦਾ ਜਾਂ ਵੱਧ ਤੋਂ ਵੱਧ ਦੋ ਹੋ ਜਾਂਦੇ ਆ ਠੀਕ ਹੈ ਸੋ ਇਹ ਕੈਂਪੇਨ ਤੇ ਅਸੀਂ ਹਮੇਸ਼ਾ ਹੀ ਕੰਟੀਨਿਊ ਰੱਖਾਂਗੇ ਜੀ ਹਾਂ ਆ ਤੁਹਾਡੇ ਨਾਲ ਸੈਂਕੜੇ ਪਰਿਵਾਰ ਜੁੜੇ ਹੋਏ ਨੇ ਜਿਨ੍ਹਾਂ ਦੇ ਰੋਜ਼ਗਾਰ ਤੁਹਾਡੇ ਸਿਰ ਤੋਂ ਚੱਲਦਾ ਹੈ ਹਨਾ ਇੰਨੀ ਪ੍ਰਤਿਭਾਸ਼ਾਲੀ ਤੁਸੀਂ ਸ਼ਖਸੀਅਤ ਹੋ ਹਨਾ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਜਾਂਦੇ ਜਾਂਦੇ ਸਿਰਫ ਇਹ ਦੱਸ ਦੋ ਵੀ ਸਰਕਾਰਾਂ ਨੂੰ ਹੋਰ ਕੀ ਕਰਨਾ ਚਾਹੀਦਾ ਇਸ ਫੀਲਡ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਇਸ ਫੀਲਡ ਦੇ ਵਿੱਚ ਕੀ ਕਰਨਾ ਚਾਹੀਦਾ ਮੈਂ ਕਾਫੀ ਵਾਰ ਬੋਲ ਚੁੱਕੀ ਕਿ ਜਿਵੇਂ ਕਿ ਸਾਡੀ ਇੱਕ ਐਗਜ਼ਾਮਪਲ ਆ ਹਨਾ ਜਾਂ ਫਿਰ ਪੰਜਾਬ ਚ ਕਈ ਹੋਣਗੀਆਂ 2-300 ਤੇ ਮੇਜਰ ਹੋਣਗੀਆਂ ਹਨਾ ਸੋ ਲੋਕ ਹੁਣ ਬੜਾ ਇਹੋ ਆਪਣੇ ਬਲਬੂਤੇ ਤੇ ਬੜਾ ਨਾਮ ਖੱਟ ਚੁੱਕੇ ਇਹੋ ਜਿਹੀਆਂ ਬਹੁਤ ਐਗਜ਼ਾਮਪਲਸ ਨੇ ਮਨਪ੍ਰੀਤ ਕੌਰ ਪਰ ਟੀਵੀ ਮੈਂ ਹਮੇਸ਼ਾ ਐਗਜ਼ੈਂਪਲ ਦਿੰਦੀ ਆ ਫੁਲਕਾਰੀ ਤੇ ਬਹੁਤ ਅੱਛਾ ਕੰਮ ਕਰ ਰਹੀ ਠੀਕ ਹੈ ਜਿਸੋ ਇਦਾਂ ਬਹੁਤ ਸਾਰੀਆਂ ਕੋਈ ਗੋੜ ਤੇ ਬਹੁਤ ਵਧੀਆ ਕੰਮ ਕਰ ਰਿਆ ਜੀ ਸੋ ਸਰਕਾਰ ਨੂੰ ਇਹੋ ਜੀ ਜਿਹੜੇ ਜਿਨ੍ਹਾਂ ਨੇ 100 ਤੱਕ ਦੀ ਟੀਮ ਬਣਾਈ ਆ ਜਾਂ ਆਪਣੀ ਖੁਦ ਦੇ ਪੈਸਿਆਂ ਤੋਂ ਆਪਣੀ ਹਰ ਚੀਜ਼ ਜਿਹੜੀ ਆ ਉਹ ਇੱਕ ਸਰ ਵੀ ਸੈਕਰੀਫਾਈਸ ਕਰਦੇ ਹੋਏ ਇੱਕ ਬਿਜ਼ਨਸ ਸੈਟਅਪ ਕੀਤਾ ਲੋਕਾਂ ਨੂੰ ਰੋਜ਼ਗਾਰ ਦੇ ਰਿਆ ਹਨਾ ਮੇਰਾ ਅਜ ਵੀ ਟਾਂਗਰੇ 72 ਸਾਲ ਪੁਰਾਣਾ ਘਰ ਆ ਜੀ ਠੀਕ ਹੈ ਮੇਰੇ ਹੁਣੇ-ਹੁਣੇ ਮੈਰਿਜ ਹੋਈ ਪਰ ਪਹਿਲਾਂ ਮੈਂ ਵੀ ਉੱਥੇ ਹੀ ਰਹਿ ਰਹੀ ਹਨਾ ਮੇਰੇ ਪੇਰੈਂਟਸ ਉੱਥੇ ਰਹਿ ਰਹੇ ਸੋ ਅਸੀਂ ਆਪਣੀ ਜਿਹੜੀ ਜੀ ਜਾਣ ਪਾਈ ਪਾਈ ਇਹਨਾਂ ਬਿਜ਼ਨੈਸਿਸ ਤੇ ਲਾ ਕੇ ਜਿਹੜਾ ਇਹਨਾਂ ਨੂੰ ਇੱਥੋਂ ਤੱਕ ਲਿਆਂਦਾ ਤੇ ਸਾਨੂੰ ਬਹੁਤ ਹੀ ਜ਼ਿਆਦਾ ਹੈਲਪ ਦੀ ਜਿਹੜੀ ਜ਼ਰੂਰਤ ਹੈ ਤੇ ਇਸੇ ਤਰ੍ਹਾਂ ਸਾਡੇ ਵਰਗੇ ਸਾਰਿਆਂ ਨੂੰ ਹੀ ਹੈਲਪ ਦੀ ਬਹੁਤ ਜ਼ਰੂਰਤ ਹੈ ਸੋ ਇਸ ਚੀਜ਼ ਨੂੰ ਨੌਨ ਸੀਰੀਅਸਲੀ ਲੈਣਾ ਹਨਾ ਇਹ ਮੈਨੂੰ ਕਈ ਵਾਰੀ ਬਹੁਤ ਦ ਕਿ ਅਸੀਂ ਸਾਨੂੰ ਮਾਰਕੀਟਿੰਗ ਦਾ ਕੋਈ ਫਾਇਦਾ ਨਹੀਂ ਆ ਸਾਨੂੰ ਜਿੰਨਾ ਮਰਜ਼ੀ ਹਾਈਲਾਈਟ ਕਰੀ ਜਾਓ ਸਾਨੂੰ ਭਾਵੇਂ ਪ੍ਰਾਈਮ ਮਿਨਿਸਟਰ ਤੱਕ ਲੈ ਜਾਓ ਭਾਵੇਂ ਜਿੰਨੇ ਮਰਜ਼ੀ ਮਿਨਿਸਟਰ ਸਾਡੇ ਕੋਲ ਆਜਣ ਉਹ ਚੀਜ਼ ਦਾ ਸਾਨੂੰ ਉਹਨਾਂ ਫਾਇਦਾ ਨਹੀਂ ਆ ਜਿੰਨਾ ਕਿ ਵਾਕੇ ਸਾਨੂੰ ਐਜ਼ ਅ ਪਾਲਿਸੀ ਫਾਈਨੈਂਸ਼ੀਅਲੀ ਉਹਨੂੰ ਜਿਹੜਾ ਵਾ ਉਹ ਸਟੇਬਲ ਕਰਨ ਦੀ ਜ਼ਰੂਰਤ ਆ ਕਿ ਜਿਹਦੇ ਨਾਲ ਜੇ ਆਪਾਂ ਇੱਕ ਸੁਪਨਾ ਲੈ ਕੇ ਯੂ نو ਹ 100 ਬੰਦੇ ਨੂੰ ਸੈਲਰੀ ਦੇ ਹੀ ਦਿੱਤੀ ਆ ਠੀਕ ਹੈ ਤੇ ਅਸੀਂ ਰੋਜ਼ ਇਸ ਟੈਨਸ਼ਨ 'ਚ ਸੋਣੇ ਆ ਕਿ ਇਹ ਸਸਟੇਨ ਕਰ ਲੇਗਾ ਇਹ ਕਿੱਦਾਂ ਇਹਨੂੰ ਲੌਂਗ ਟਰਮ ਲੈ ਕੇ ਜਾਣਾ ਹੈ ਸੋ ਉਹ ਜਿਹੜਾ ਸਟ੍ਰੈਸ ਹੈ ਠੀਕ ਹੈ ਉਹ ਜੇ ਸਰਕਾਰ ਜਾਵੇ ਤੇ ਉਹ ਇੱਕ ਦਿਨ ਦੀ ਚੀਜ਼ਾਂ ਮੈਨੇਜ ਕਰ ਸਕਦੇ ਆ ਹਨਾ ਸੋ ਸਾਡੇ ਵਰਗੀਆਂ ਉਦਾਹਰਨਾਂ ਨੂੰ ਸੀਰੀਅਸ ਦੀ ਲੈਣਾ ਤੇ ਸਾਨੂੰ ਇੱਕ ਪਲੇਟਫਾਰਮ ਤੇ ਬੁਲਾਉਣਾ ਸਾਡੇ ਨਾਲ ਡਿਸਕਸ਼ਨ ਕਰਨੀ ਪਹਿਲਾਂ ਸਾਡੀ ਪ੍ਰੋਬਲਮ ਸੋਲਵ ਕਰਨੀ ਤੇ ਫਿਰ ਸਾਨੂੰ ਇੱਕ ਐਜ਼ ਏ ਸਮਝੋ ਕਿ ਕੰਸਲਟੈਂਸੀ ਸੈਂਟਰ ਟਾਈਪ ਬਣਾਉਣਾ ਪੰਜਾਬ ਚ ਕਿ ਜੇ ਸੇਮ ਕਿਸੇ ਨੇ ਮੋਗੇ ਚ ਇਹੋ ਜੀ ਕੰਪਨੀ ਖੋਲਨੀ ਆ ਫਾਜ਼ਿਲਕਾ ਚ ਖੋਲਨੀ ਆ ਲੁਧਿਆਣੇ ਚ ਖੋਲਨੀ ਆ ਕਿ ਜੇ ਦਿਨ 100 ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ ਤੇ ਮੈਂ ਉਹਨਾਂ ਨੂੰ ਗਾਈਡ ਕਰ ਸਕਾਂ ਕਿ ਆਪਾਂ ਇਦਾਂ ਕਰਨਾ ਵਾ ਜਦੋਂ ਤੱਕ ਕਿ ਮੇਰਾ ਹੀ ਸਕਸੈਸਫੁਲ ਨਹੀਂ ਹੋਏਗਾ ਠੀਕ ਹੈ ਤੇ ਇਹ ਜਿਹੜਾ ਰੈਪਲੀਕੇਟ ਨਹੀਂ ਹੋ ਸਕਦਾ ਤੇ ਮੈਂ ਕਦੀ ਵੀ ਕਿਸੇ ਨੂੰ ਜਿਹੜਾ ਆਪਣੇ ਮਾਡਲ ਦੇ ਵਿੱਚ ਨਹੀਂ ਲੈ ਕੇ ਆਵਾਂਗੀ ਜਾਂ ਉਹਨੂੰ ਆਪਣੇ ਲੈ ਲਵਾਂ ਕਿ ਬਹੁਤ ਚੱਕਾ ਚੌਂਦ ਦਿਖਾ ਕੇ ਤੇ ਉਹਨੂੰ ਪਿੱਛੇ ਲਾ ਲੈਣਾ ਕਿ ਤੁਸੀਂ ਵੀ ਕਰੋ ਠੀਕ ਹੈ ਮੈਂ ਨਹੀਂ ਇਹ ਕਰ ਸਕਦੀ ਜਦੋਂ ਤੱਕ ਮੈਂ ਖੁਦ ਆਪਣੇ ਵਾਲੇ ਨੂੰ ਜਿਹੜਾ ਉਹ ਸਕਸੈਸਫੁਲ ਨਹੀਂ ਦੇਖ ਲੈਂਦੀ ਸੋ ਮੈਨੂੰ ਇਹ ਲੱਗਦਾ ਕਿ ਸਰਕਾਰ ਨੂੰ ਤੇ ਓਵਰਆਲ ਵੀ ਸਾਡੀ ਕਮਿਊਨਿਟੀ ਨੂੰ ਵੀ ਸਾਡੀ ਐਨਆਰਆਈ ਕਮਿਊਨਿਟੀ ਨੂੰ ਵੀ ਜੀ ਇਦਾਂ ਦੀਆਂ ਜਿਹੜੀਆਂ ਐਗਜ਼ੈਂਪਲਸ ਆ ਪੰਜਾਬ ਦੇ ਵਿੱਚ ਜਿਹੜੀਆਂ ਤੁਹਾਨੂੰ 100 200 ਬੱਚੇ ਦੇਖਦੇ ਆ ਕਿ ਜਿਹੜੇ ਬੜੀ ਮਿਹਨਤ ਕਰਕੇ 10-10 ਸਾਲ ਹੋ ਗਏ ਇਹਨਾਂ ਨੂੰ ਇਹ ਕਰਦੇ ਮੇਲਜੋਲ ਕੇ ਇਹਨਾਂ ਨੂੰ ਸਕਸੈਸਫੁਲ ਬਣਾਉਣ ਦੀ ਜਿਹੜੀ ਹੈ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਇਹਨਾਂ ਨੂੰ ਹੀ ਕਹਿ ਸਕੀਏ ਕਿ ਤੁਸੀਂ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਚੀਜ਼ ਕਰੋ ਤਾਂ ਕਿ ਹੋਰ ਵੀ ਲੋਕਾਂ ਨੂੰ ਰੋਜ਼ਗਾਰ ਮਿਲੇ ਜੀ ਸੋ ਇੰਨੇ ਵੱਡੇ ਪੱਧਰ ਤੇ ਪੰਜਾਬ ਦਾ ਨਾਮ ਤੁਸੀਂ ਲੈ ਕੇ ਗਏ ਹੋ ਸੋ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਨਾ ਖਾਸ ਕਰ ਔਰਤਾਂ ਲਈ ਤਾਂ ਬਹੁਤ ਹੀ ਮਾਣ ਵਾਲੀ ਗੱਲ ਹੈ ਨਾ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਬਿਲਕੁਲ ਸੁਧਾਰਨ ਪਰਿਵਾਰਾਂ ਨਾਲ ਸੰਬੰਧ ਰੱਖਦੇ ਆ ਅਸੀਂ ਤੇ ਇੱਕ ਸਫਲ ਬਿਜ਼ਨਸ ਔਮਨ ਬਣ ਕੇ ਤੁਸੀਂ ਸਾਡੇ ਸਾਰਿਆਂ ਦੇ ਸਾਹਮਣੇ ਆਏ ਹੋ ਤੇ ਸੈਂਕੜੇ ਲੋਕਾਂ ਦੇ ਲਈ ਤੁਸੀਂ ਐਗਜ਼ਾਮਪਲ ਸੈੱਟ ਕੀਤੀ ਸੋ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਉਮੀਦ ਆ ਅਗਲੀ ਇੰਟਰਵਿਊ ਦੇ ਵਿੱਚ ਜਿਹੜੀਆਂ ਵੀ ਤੁਹਾਡੀਆਂ ਸਰਕਾਰਾਂ ਤੋਂ ਜਾਂ ਹੋਰ ਜਿਹੜੀਆਂ ਵੀ ਹੈਗੀਆਂ ਸਮੱਸਿਆਵਾਂ ਇਹ ਜਲਦੀ ਹੱਲ ਹੋਣ ਤੇ ਇਹਨਾਂ ਦੇ ਸਾਰਥਕ ਨਤੀਜੇ ਨਿਕਲੇ। ਸ਼ੁਕਰੀਆ ਤੁਹਾਡਾ। थैंक यू जी। ਲੱਗਦਾ ਹੈ ਕਿ ਮੈਂ ਪੰਜਾਬ ਦੇ ਪਹਿਲਾਂ ਸਾਈਡ ਤੇ ਸੀ ਹੁਣ ਸੈਂਟਰ 'ਚ ਆ ਗਈ ਹਾਂ। ਸੋ ਮੇਰੇ ਲਈ ਕਾਫੀ ਈਜ਼ੀ ਹੋ ਗਿਆ ਹੈ ਕਿ ਪੂਰੇ ਪੰਜਾਬ 'ਚ ਹੁਣ ਟ੍ਰੈਵਲ ਕਰਨਾ। ਆਹ ਆਈਟੀ ਕੰਪਨੀ ਪਹਿਲੀ ਪਿੰਡ ਤੋਂ ਤੁਹਾਡੇ ਸਿਰ ਸੇੜਾ ਵੱਜਦਾ ਇਸ ਦਾ। ਸੋ ਤੁਹਾਨੂੰ ਕੀ ਲੱਗਦਾ ਵੀ ਸਰਕਾਰਾਂ ਨੂੰ ਯਾ ਇਥੋਂ ਦੇ ਲੋਕਾਂ ਨੂੰ ਇਸ ਤਰ੍ਹਾਂ ਦੀ ਕੰਪਨੀ ਇਸ ਤਰ੍ਹਾਂ ਦੇ ਫੀਲਡ ਦੇ ਵਿੱਚ ਆਉਣ ਦੇ ਲਈ ਹੋਰ ਕੀ ਕੀ ਕਰਨਾ ਚਾਹੀਦਾ ਹੈ। ਤੋਂ ਆਈਟੀ ਐਸੀ ਪੰਜਾਬ ਦੀ ਪਹਿਲੀ ਆਈਟੀ ਕੰਪਨੀ ਜਿਹੜੀ ਉਹ ਪਿੰਡ ਵਿੱਚ ਸੈਟਅਪ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਆਲਮੋਸਟ 100 ਲੋਕਾਂ ਨੂੰ ਜਿਹੜਾ ਰੋਜ਼ਗਾਰ ਦਿੱਤਾ ਜਾਵੇ ਖਾਸ ਕਰਕੇ ਵਾਈਟ ਕਾਲਰ ਵਕਤ ਲੱਗੇਗਾ ਕਿ ਮੈਂ ਇਹ ਸਾਬਿਤ ਕਰ ਸਕਾਂ ਕਿ ਪੰਜਾਬ ਦੇ ਪਿੰਡ ਦੇ ਵਿੱਚ ਵੀ ਅਸੀਂ ਇੱਕ ਸਫਲ ਆਈਟੀ ਕੰਪਨੀ ਦਾ ਮਾਡਲ ਜਿਹੜਾ ਉਹ ਖੜਾ ਕਰ ਸਕਦੇ ਹਾਂ ਇੱਕ ਰਿਵਰਸ ਮਾਈਗ੍ਰੇਸ਼ਨ ਹੈ ਨਾ ਸ਼ਬਦਤਵਨ ਦਾ ਪਹਿਲਾਂ ਤਾਂ ਹੀ ਹੋਣ ਚਾਇਆ ਹੋਇਆ ਪਰ ਇਹਦੀ ਸੱਦ ਵਰਤੋਂ ਆ ਜਿਹੜੀ ਸਹੀ ਵਰਤੋਂ ਆ ਮੈਨੂੰ ਲੱਗਦਾ ਮੈਂ ਤੁਹਾਡੇ ਮੂੰਹੋਂ ਹੀ ਇਹ ਸ਼ਬਦ ਸੁਣੇ ਨੇ ਹਾਂਜੀ ਅੱਛਾ ਅਸੀਂ ਇਹ ਕਹਿ ਦਿੰਨੇ ਆ ਕਿ ਅਸੀਂ ਰਿਵਰਸ ਮਾਈਗ੍ਰੇਸ਼ਨ ਕਰਨੀ ਆ ਉਥੋਂ ਇੱਧਰ ਨੂੰ ਸੱਦਣੇ ਨੇ ਸਾਡੇ ਬੱਚੇ ਜਿਹੜੇ ਐ ਉਥੋਂ ਇਧਰ ਸੱਦ ਕੇ ਅਸੀਂ ਕਿਸ ਕੰਮ ਤੇ ਲਾਉਣੇ ਨੇ ਰਿਵਰਸ ਮਾਈਗ੍ਰੇਸ਼ਨ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਕਿ ਜਦੋਂ ਇੱਕ ਸਪੋਜ਼ ਆਈਟੀ ਕੰਪਨੀ ਪੰਜਾਬ ਦੇ ਵਿੱਚ ਇੱਕ ਪਿੰਡ ਵਿੱਚ ਖੁੱਲੀ ਤੇ ਬਹੁਤ ਸਾਰੇ ਲੋਕ ਸੀਗੇ ਜਿਹੜੇ ਅੰਮ੍ਰਿਤਸਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਸੀ ਪਰ ਉਹ ਦਿੱਲੀ ਜੋਬ ਕਰ ਰਹੇ ਸੀ ਬੈਂਗਲੌਰ ਜੋਬ ਕਰ ਰਹੇ ਸੀ ਹਾਈਦਰਾਬਾਦ ਜੋਬ ਕਰ ਰਹੇ ਸੀ ਪਰ ਉਹਨਾਂ ਨੇ ਚੁਣਿਆ ਕਿ ਅਸੀਂ ਵਾਪਸ ਜਿਹੜਾ ਅੰਮ੍ਰਿਤਸਰ ਆ ਜਾਈਏ ਸੋ ਰਿਵਰਸ ਮਾਈਗ੍ਰੇਸ਼ਨ ਸਿਰਫ ਇਹ ਨਹੀਂ ਕਿ ਆਪਾਂ ਕੈਨੇਡਾ ਤੋਂ ਪੰਜਾਬ ਦੀ ਗੱਲ ਕਰ ਰਹੇ ਹਾਂ ਰਿਵਰਸ ਮਾਈਗ੍ਰੇਸ਼ਨ ਆਪਾਂ ਹਾਈਦਰਾਬਾਦ ਤੋਂ ਮੋਗੇ ਦੀ ਵੀ ਗੱਲ ਕਰ ਰਹੇ ਹਾਂ ਜੇ ਸਾਡਾ ਕੋਈ ਇੰਜੀਨੀਅਰ ਅੱਛਾ ਬੱਚਾ ਜਿਸ ਨੇ ਬੀਟੈਕ ਐਮਟੈਕ ਕੀਤੀ ਆ ਉਹਨੂੰ ਇੱਕ ਜੌਬ ਲੈ ਕੇ ਜਾਣ ਲਈ 50000 ਦੀ ਹਾਈਦਰਾਬਾਦ ਜਾਣਾ ਪੈ ਰਿਹਾ ਤੇ ਮੈਂ ਉਸ ਰਿਵਰਸ ਮਾਈਗ੍ਰੇਟ ਆਪਾਂ ਆਪਣੇ ਹੀ ਸਟੇਟ ਦੇ ਵਿੱਚ ਕੁਝ ਕਰਕੇ ਦਿਖਾਈਏ ਤੇ ਆਪਣੇ ਹੀ ਸਟੇਟ ਦੇ ਵਿੱਚ ਜਿਹੜੀਆਂ ਉਹ ਲੋਕ ਸੋਚਣ ਕਿ ਅਸੀਂ ਇੱਥੇ ਅੱਛੇ ਰੋਜ਼ਗਾਰ ਜਿਹੜੇ ਆ ਉਹ ਕਿਵੇਂ ਪੈਦਾ ਕਰਨੇ ਆ ਹਾਂ ਜਿਸ ਤਰ੍ਹਾਂ ਨਾਲ ਹੁਣ ਕੈਨੇਡਾ ਦੇ ਵਿੱਚ ਕਿਸਾਂ ਦੇ ਵਿੱਚ ਪਾਰਿਵਾਦਾ ਹੋ ਗਿਆ ਰੈਂਟ ਵੀ ਬਹੁਤ-ਬਹੁਤ ਪੇ ਕਰਨੇ ਪੈ ਰਹੇ ਉਹਨਾਂ ਨੂੰ ਤੇ ਤੁਹਾਨੂੰ ਲੱਗਦਾ ਵੀ ਠੱਲ ਪੈ ਗਈ ਇਸ ਨਾਲ ਸਿੱਖੇ ਵੀ ਲੈਣਾ ਜਿਹੜਾ ਜ਼ਰੂਰੀ ਆ ਮਾਈਗ੍ਰੇਸ਼ਨ ਜਿਹੜੀ ਉਹ ਹੋਣੀ ਹੋਣੀ ਆ ਕਿਉਂਕਿ ਹਰ ਇੱਕ ਕੰਟਰੀ ਦਾ ਜਿਹੜਾ ਮੇਜਰ ਰਿਸੋਰਸ ਹੁੰਦਾ ਉਹ ਹਮੇਸ਼ਾ ਦੂਸਰੇ ਕੰਟਰੀ ਚ ਜਾਂਦਾ ਲੋਕ ਉਹਨੂੰ ਕਹਿੰਦੇ ਕਿ ਆਹ ਚੀਜ਼ ਜਿਹੜੀ ਨਾ ਬਹੁਤ ਵਧੀਆ ਕੰਟਰੀ ਦੀ ਸਾਨੂੰ ਮਿਲੇ ਤੁਸੀਂ ਸੈਂਕੜੇ ਲੋਕਾਂ ਲਈ ਉਦਾਹਰਣ ਸੈੱਟ ਕੀਤੀ ਹੈ ਨਾ ਇੱਕ ਹੁੰਦਾ ਵੀ ਇਹ ਚੀਜ਼ ਕਹਿ ਦੇਣੀ ਵੀ ਮੈਂ ਇਸ ਤਰ੍ਹਾਂ ਕਰੂੰਗੀ ਤੁਸੀਂ ਉਹ ਕਰਕੇ ਵੀ ਦਿਖਾਇਆ ਮੈਨੂੰ ਲੱਗਦਾ ਕਿ ਜ਼ਿੰਦਗੀ ਬਹੁਤ ਛੋਟੀ ਆ ਤੇ ਇੱਥੇ ਪਤਾ ਨਹੀਂ ਕਦੋਂ ਕਿਸੇ ਨੇ ਚਲ ਜਾਣਾ রাইਟ ਇਸ ਕਰਕੇ ਮੇਰੇ ਕੋ ਮੈਨੂੰ ਨਹੀਂ ਲੱਗਦਾ ਕਿ ਮੈਂ ਉਸ ਪੱਲਾ ਦੀ ਉਸ ਦਿਨਾਂ ਦੀ ਉਹਨਾਂ ਸਾਲਾਂ ਦੀ ਵੇਟ ਕਰ ਰਹੀ ਆ ਮੈਂ ਵੀ ਆਪਣੀ ਜਰਨੀ ਸ਼ੁਰੂ ਤੋਂ ਹੀ ਨਾਲ-ਨਾਲ ਲਿਖੀ ਆ ਹਾਂ ਹਾਂ ਮਾਵੇਂ ਉਹ ਬਿਜ਼ਨਸ ਦੀ ਆ ਭਾਵੇਂ ਉਹ ਤਾਂ ਜਿਹਦੇ ਕਰਕੇ ਮੈਨੂੰ ਮੁਸ਼ਕਲਾਂ ਵੀ ਆਉਂਦੀਆਂ ਕਿਉਂਕਿ ਲੋਕਾਂ ਨੂੰ ਇੱਕਦਮ ਪਤਾ ਲੱਗ ਜਾਂਦਾ ਕਿ ਅੱਛਾ ਹੁਣ ਇਹ ਪ੍ਰੋਬਲਮ ਚਾ ਤੇ ਜਦੋਂ ਤੁਸੀਂ ਪ੍ਰੋਬਲਮ ਦਿੰਦੇ ਸਗੋਂ ਹੀ ਨਹੀਂ ਲੋਕ ਮਦਦ ਕਰਦੇ ਠੀਕ ਹੈ ਨਾ ਤੁਹਾਨੂੰ ਹਲਕਾ ਸਮਝਦੇ ਆ ਠੀਕ ਹੈ ਤੁਹਾਨੂੰ ਕੋਈ ਸਪੋਰਟ ਵੀ ਨਹੀਂ ਹੈ ਕਿ ਤੁਹਾਨੂੰ ਕੋਈ ਲੋਨਸ ਮਿਲ ਜਾਣ ਕੋਈ ਸਹੀ ਤਰੀਕੇ ਨਾਲ ਇੰਨਾ ਜ਼ਿਆਦਾ ਇੰਟਰਸਟ ਹੈ ਮਤਲਬ ਬਹੁਤ ਜ਼ਿਆਦਾ ਇੱਕ ਸਮਝੋ ਕਿ ਮੈਂ ਪਹਾੜ ਹੀ ਛੋੜ ਲਿਆ ਆਪਣੇ ਦੇ ਵਿੱਚ ਵਿੱਚ ਪਹਿਲਾਂ ਮੈਂ 2013 ਤੋਂ ਲੈ ਕੇ 2 ਆਈ ਥਿੰਕ 2017 ਤੱਕ 16 17 ਤੱਕ ਅਸੀਂ ਉਹਨੂੰ ਖੁਦ ਹੀ ਕਰਦੇ ਸੀ ਆਪਣੀ ਕੰਪਨੀ ਵੱਲੋਂ ਜੀ ਫਿਰ ਮੈਂ ਵਿੱਚੋਂ 2 2.5 ਸਾਲ ਲੇਕ ਐਨ ਜੀਓ ਸਟਾਰਟ ਕੀਤਾ ਠੀਕ ਹੈ ਐਨ ਜੀਓ ਤੋਂ ਮੈਂ ਰੀਅਲਾਈਜ਼ ਕੀਤਾ ਕਿ ਮੇਰੀ ਜਿਹੜੀ ਬਿਜ਼ਨਸ ਇਮੇਜ ਆ ਕਿ ਮੈਂ ਇੱਕ ਕਾਰੋਬਾਰੀ ਆ ਜਾਂ ਮੈਂ ਇੱਕ ਅੱਛਾ ਸਟੂਡੈਂਟ ਰਹੀ ਆ ਜਾਂ ਸਾਡੇ ਚ ਵੀ ਕੈਪੇਬਿਲਿਟੀ ਆ ਰਾਈਟ ਉਹ ਸਾਡੀ ਸਾਰੀ ਇਮੇਜ ਜਿਹੜੀ ਆ ਉਹ ਹਾਈਡ ਹੋ ਜਾਂਦੀ ਆ ਤੇ ਹਰ ਇੱਕ ਨੂੰ ਲੱਗਦਾ ਕਿ ਆਪਾਂ ਇੱਕ ਸੋਸ਼ਲ ਵਰਕਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਸਟਿਲੋਂ ਐਨ ਆਰ ਆਈ ਟੀਵੀ ਨਾਲ ਜੁੜ ਕੇ ਇਹ ਵੀਡੀਓ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੀ ਆਂ ਅੱਜ ਦੀ ਮੁਲਾਕਾਤ ਦੇ ਵਿੱਚ ਅਸੀਂ ਤੁਹਾਡੀ ਉਸ ਸ਼ਖਸੀਅਤ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪਿੰਡ ਤੋਂ ਉੱਠ ਕੇ ਆਪਣਾ ਨਾਮ ਦਾ ਜੜਾ ਆ ਪੂਰੀ ਦੁਨੀਆ ਦੇ ਵਿੱਚ ਬਣਾਇਆ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਜਾਣ ਪਹਿਚਾਨ ਦੇ ਮਹਤਾਜ ਨੇ ਪਰ ਫਿਰ ਵੀ ਮੈਂ ਤੁਹਾਨੂੰ ਉਹ ਨਾਮ ਦੱਸ ਦਿਆਂ ਉਹ ਨਾਮ ਹੈ ਜੀ ਮਨਦੀਪ ਕੌਰ ਟਾਂਗੜਾ ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਆਂ ਕਿਵੇਂ ਮੈਮ ਬਹੁਤ ਵਧੀਆ ਸਰੋ ਆ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੇ ਆ ਵੀ ਤੁਸੀਂ ਮੋਗੇ ਦੇ ਵਿੱਚ ਆਏ ਹੋ ਸੋ ਪੂਰੀ ਦੁਨੀਆ ਦੇ ਵਿੱਚ ਤੁਹਾਡਾ ਨਾਮ ਤੁਹਾਡੀਆਂ ਪ੍ਰਾਪਤੀਆਂ ਜਿਹੜੀਆਂ ਕਿਸੇ ਤੋਂ ਲੁਕੀਆਂ ਨਹੀਂ ਹੋਈਆਂ ਸੋ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਮੋਗੇ ਦੇ ਵਿੱਚ ਆਪਣਾ ਜੀਵਨ ਸਾਥੀ ਤਲਾਸ਼ਿਆ ਸੋ ਨਵੇਂ ਸਫ਼ਰ ਦੇ ਵਿੱਚ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮੈਨੂੰ ਲੱਗਦਾ ਕਿ ਮੈਂ ਪੰਜਾਬ ਦੇ ਪਹਿਲਾਂ ਸਾਈਡ ਤੇ ਸੀ ਹੁਣ ਸੈਂਟਰ 'ਚ ਆ ਗਈਆਂ ਸੋ ਮੇਰੇ ਲਈ ਕਾਫੀ ਈਜ਼ੀ ਹੋ ਗਿਆ ਕੀ ਪੂਰੇ ਪੰਜਾਬ ਚ ਹੁਣ ਟ੍ਰੈਵਲ ਕਰਨਾ ਤੇ ਅਦਰਵਾਈਜ਼ ਵੀ ਬਹੁਤ ਹੀ ਪਿਆਰੀ ਤੇ ਬੜੀ ਵਾਰਮ ਜੀ ਫੈਮਿਲੀ ਜਿਹੜੀ ਉਹ ਮੈਨੂੰ ਮਿਲੀ ਐ ਸੋ ਆਮ ਵੈਰੀ ਹੈਪੀ ਇਨ ਮੋਗਾ ਚਲੋ ਬਹੁਤ ਖੁਸ਼ੀ ਦੀ ਗੱਲ ਜੀ ਆ ਆਈਟੀ ਕੰਪਨੀ ਪਹਿਲੀ ਪਿੰਡ ਤੋਂ ਤੁਹਾਡੇ ਸਿਰਸੇੜਾ ਵੱਜਦਾ ਇਸ ਦਾ ਸੋ ਤੁਹਾਨੂੰ ਕੀ ਲੱਗਦਾ ਵੀ ਸਰਕਾਰਾਂ ਨੂੰ ਜਾਂ ਇੱਥੋਂ ਦੇ ਲੋਕਾਂ ਨੂੰ ਇਸ ਤਰ੍ਹਾਂ ਦੀ ਕੰਪਨੀ ਇਸ ਤਰ੍ਹਾਂ ਦੇ ਫੀਲਡ ਦੇ ਵਿੱਚ ਆਉਣ ਦੇ ਲਈ ਹੋਰ ਕੀ ਕੀ ਕਰਨਾ ਚਾਹੀਦਾ ਸੋ ਆਈਟੀ ਐਸਸੀ ਪੰਜਾਬ ਦੀ ਪਹਿਲੀ ਆਈਟੀ ਕੰਪਨੀ ਜਿਹੜੀ ਉਹ ਪਿੰਡ ਵਿੱਚ ਸੈਟਅਪ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਆਲਮੋਸਟ 100 ਲੋਕਾਂ ਨੂੰ ਜਿਹੜਾ ਉਹ ਰੋਜ਼ਗਾਰ ਦਿੱਤਾ ਜਾਵੇ ਖਾਸ ਕਰਕੇ ਵਾਈਟ ਕਾਲਰ ਜੌਬਸ ਜਿਹੜੀਆਂ ਉਹ ਪਿੰਡਾਂ ਦੇ ਵਿੱਚ ਜਨਰੇਟ ਹੋਣ ਕਿ ਉਹਨਾਂ ਦੀ ਅੱਛੀ ਜਿਹੜੀ ਸੈਲਰੀ ਹੋਵੇ ਸੋ ਇਹ ਇੱਕ ਬਿਜ਼ਨਸ ਨਹੀਂ ਆਪਾਂ ਕਹਿ ਸਕਦੇ ਕਿ ਇੱਕ ਬਿਜ਼ਨਸ ਦੇ ਵੱਲ ਨੂੰ ਮੈਂ ਤੁਰ ਰਹੀ ਆ ਤੇ ਬਿਜ਼ਨਸ ਨੂੰ ਵੱਡਾ ਕਰ ਰਹੀ ਆ ਜੀ ਮੈਨੂੰ ਬਹੁਤ ਜ਼ਿਆਦਾ ਮਲਕਾਫੀ ਸਾਲ ਹੋ ਗਏ ਨੇ ਮੈਂ ਬਿਜ਼ਨਸ ਮਾਡਲ ਤੇ ਕੰਮ ਕਰ ਰਹੀ ਹਾਂ ਤੇ ਉਹਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕਰ ਰਹੀ ਇਹਦੇ ਵਿੱਚ ਬਹੁਤ ਸਾਰੀਆਂ ਔਕੜਾਂ ਵੀ ਨੇ ਬੜੇ ਚੈਲੰਜੇਸ ਨੇ ਤੇ ਡੇਲੀ ਜਿਹੜੇ ਕੀ ਆਪਾਂ ਸੋਲਵ ਕਰਦੇ ਹਾਂ ਬਾਰ-ਬਾਰ ਡਿੱਗੀ ਦਾ ਉੱਠੀ ਦਾ ਸੋ ਅਜੇ ਵੀ ਮੈਨੂੰ ਲੱਗਦਾ ਹੈ ਕਿ ਵਕਤ ਲੱਗੇਗਾ ਕਿ ਮੈਂ ਇਹ ਸਾਬਿਤ ਕਰ ਸਕਾਂ ਕਿ ਪੰਜਾਬ ਦੇ ਪਿੰਡ ਦੇ ਵਿੱਚ ਵੀ ਅਸੀਂ ਇੱਕ ਸਫਲ ਆਈਟੀ ਕੰਪਨੀ ਦਾ ਮਾਡਲ ਜਿਹੜਾ ਉਹ ਖੜਾ ਕਰ ਸਕਦੇ ਹਾਂ ਸੋ ਕਹਿ ਸਕਦੇ ਹਾਂ ਕਿ ਬਿਜ਼ਨਸ ਤੇ ਕਮ ਕਰ ਹੀ ਰਹੇ ਆ ਪਰ ਉਸ ਤੋਂ ਉੱਪਰ ਜਿਹੜਾ ਵਾ ਉਹ ਆਪਣੇ ਦੇਸ਼ ਨੂੰ ਇੱਕ ਮਾਡਲ ਪੇਸ਼ ਕਰਕੇ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇਸ ਤਰੀਕੇ ਨਾਲ ਆਈਟੀ ਦਾ ਕੰਮ ਜਿਹੜਾ ਉਹ ਪੰਜਾਬ ਦੇ ਪਿੰਡਾਂ ਤੋਂ ਵੀ ਹੋ ਸਕਦਾ ਜੀ ਇੱਕ ਰਿਵਰਸ ਮਾਈਗ੍ਰੇਸ਼ਨ ਹੈ ਨਾ ਸ਼ਬਦ ਤਮੇਨ ਦਾ ਪਹਿਲਾਂ ਤਾਂ ਹੀ ਹੋਣ ਚਾਇਆ ਹੋਇਆ ਪਰ ਇਹਦੀ ਸੱਦ ਵਰਤੋਂ ਆ ਜਿਹੜੀ ਸਹੀ ਵਰਤੋਂ ਆ ਮੈਨੂੰ ਲੱਗਦਾ ਮੈਂ ਤੁਹਾਡੇ ਮੂੰਹੋਂ ਹੀ ਇਹ ਸ਼ਬਦ ਸੁਣੇ ਨੇ ਹਾਂਜੀ ਅੱਛਾ ਅਸੀਂ ਇਹ ਕਹਿ ਦਿੰਨੇ ਆ ਕਿ ਅਸੀਂ ਰਿਵਰਸ ਮਾਈਗ੍ਰੇਸ਼ਨ ਕਰਨੀ ਆ ਉਥੋਂ ਇੱਧਰ ਨੂੰ ਸੱਦਣੇ ਨੇ ਸਾਡੇ ਬੱਚੇ ਜਿਹੜੇ ਗਏ ਉਥੋਂ ਇੱਧਰ ਸੱਦ ਕੇ ਅਸੀਂ ਕਿਸ ਕੰਮ ਤੇ ਲਾਉਣੇ ਨੇ ਸੋ ਰਿਵਰਸ ਮਾਈਗ੍ਰੇਸ਼ਨ ਦਾ ਜਿਹੜਾ ਉਹ கான்ਸੈਪਟ ਇਹੀ ਆ ਕਿ ਜਦੋਂ ਅਸੀਂ ਇੱਕ ਪਰਟੀਕੂਲਰ ਜਗ੍ਹਾ ਦੀ ਯੂ ਨੋ ਨੈਚੁਰਲ ਰਿਸੋਰਸਸ ਹਰ ਚੀਜ਼ ਆਪਾਂ ਉਥੋਂ ਦੀ ਯੂਜ਼ ਕਰਦੇ ਆ ਤੇ ਮੈਨੂੰ ਲੱਗਦਾ ਕਿ ਸਾਨੂੰ ਜਿਹੜੀ ਐਨਰਜੀ ਆ ਉਹ ਉਸੇ ਜਗ੍ਹਾ ਨੂੰ ਦੇਣੀ ਚਾਹੀਦੀ ਆ ਸੋ ਰਿਵਰਸ ਮਾਈਗ੍ਰੇਸ਼ਨ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਨੇ ਕਿ ਜਦੋਂ ਇੱਕ ਸੁਪੋਜ਼ ਆਈਟੀ ਕੰਪਨੀ ਪੰਜਾਬ ਦੇ ਵਿੱਚ ਇੱਕ ਪਿੰਡ ਵਿੱਚ ਖੁੱਲੀ ਤੇ ਬਹੁਤ ਸਾਰੇ ਲੋਕ ਸੀਗੇ ਜਿਹੜੇ ਅੰਮ੍ਰਿਤਸਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਸੀ ਪਰ ਉਹ ਦਿੱਲੀ জব ਕਰ ਰਹੇ ਸੀ ਬੈਂਗਲੌਰ জব ਕਰ ਰਹੇ ਸੀ ਹਾਇਦਰਾਬਾਦ জব ਕਰ ਰਹੇ ਸੀ ਪਰ ਉਹਨਾਂ ਨੇ ਚੁਣਿਆ ਕਿ ਅਸੀਂ ਵਾਪਸ ਜਿਹੜਾ ਅੰਮ੍ਰਿਤਸਰ ਆ ਜਾਈਏ ਜੀ ਸੋ ਰਿਵਰਸ ਮਾਈਗ੍ਰੇਸ਼ਨ ਸਿਰਫ ਇਹ ਨਹੀਂ ਕਿ ਆਪਾਂ ਕੈਨੇਡਾ ਤੋਂ ਪੰਜਾਬ ਦੀ ਗੱਲ ਕਰ ਰਹੇ ਹਾਂ ਰਿਵਰਸ ਮਾਈਗ੍ਰੇਸ਼ਨ ਆਪਾਂ ਹਾਇਦਰਾਬਾਦ ਤੋਂ ਮੋਗੇ ਦੀ ਵੀ ਗੱਲ ਕਰ ਰਹੇ ਆ ਜੇ ਸਾਡਾ ਕੋਈ ਇੰਜੀਨੀਅਰ ਅੱਛਾ ਬੱਚਾ ਜਿਨੇ ਬੀਟਾ ਕੈਮਟੈਕ ਕੀਤੀ ਆ ਉਹਨੂੰ ਇੱਕ ਜੌਬ ਲੈ ਕੇ ਜਾਣ ਲਈ 50000 ਦੀ ਹਾਈਦਰਾਬਾਦ ਜਾਣਾ ਪੈ ਰਿਹਾ ਤੇ ਮੈਂ ਉਸ ਚੀਜ਼ ਦੀ ਵੀ ਗੱਲ ਕਰ ਰਹੀ ਆ ਕਿ ਤੁਸੀਂ ਰਿਵਰਸ ਮਾਈਗਰੇਟ ਆਪਾਂ ਆਪਣੇ ਹੀ ਸਟੇਟ ਦੇ ਵਿੱਚ ਕੁਝ ਕਰਕੇ ਦਿਖਾਈਏ ਤੇ ਆਪਣੇ ਹੀ ਸਟੇਟ ਦੇ ਵਿੱਚ ਜਿਹੜੀਆਂ ਉਹ ਲੋਕ ਸੋਚਣ ਕਿ ਅਸੀਂ ਇੱਥੇ ਅੱਛੇ ਰੋਜ਼ਗਾਰ ਜਿਹੜੇ ਆ ਉਹ ਕਿਵੇਂ ਪੈਦਾ ਕਰਨੇ ਆ ਬਾਕੀ ਕਿ ਇਟ ਇਜ਼ ਟੋਟਲੀ ਦਾ ਚੋਇਸ ਹਰ ਇੱਕ ਦੀ ਆਪਣੀ ਚੋਇਸ ਹੈ ਕਿ ਉਹਨੇ ਪੰਜਾਬ ਰਹਿਣਾ ਕਿ ਉਹਨੇ ਕੈਨੇਡਾ ਰਹਿਣਾ ਜਾਂ ਯੂਐਸ ਰਹਿਣਾ ਬਟ ਮੈਂ ਇਸ ਚੀਜ਼ ਨੂੰ ਟਰੂ ਫਰੀडम ਮੰਨਦੀ ਆ ਕਿ ਤੁਸੀਂ ਉੱਥੇ ਰਹੋ ਜਿੱਥੇ ਤੁਹਾਡਾ ਦਿਲ ਕਰਦਾ ਹੈ ਜੀ ਹਾਂ ਅ ਜਿਸ ਤਰ੍ਹਾਂ ਨਾਲ ਹੁਣ ਕੈਨੇਡਾ ਦੇ ਵਿੱਚ ਫੀਸਾਂ ਦੇ ਵਿੱਚ ਭਾਰੀਵਾਦਾ ਹੋ ਗਿਆ ਰੈਂਟ ਵੀ ਬਹੁਤ-ਬਹੁਤ ਪੇ ਕਰਨੇ ਪੈ ਰਹੇ ਉਹਨਾਂ ਨੂੰ ਤੇ ਤੁਹਾਨੂੰ ਲੱਗਦਾ ਵੀ ਠੱਲ ਪੈ ਗਈ ਇਸ ਨਾਲ ਨੇ ਮੇਰੇ ਕੱਲੇ ਨਾਲ ਤੇ ਥਲ ਨਹੀਂ ਪੈ ਸਕਦੀ ਪਰ ਇਹ ਕਿ ਇਹਨੂੰ ਰਿਸਪਾਂਸ ਬਹੁਤ ਅੱਛਾ ਮਿਲਿਆ ਇਸ ਮੁਹਿਮ ਨੂੰ ਤੇ ਪਹਿਲਾਂ ਮਾਈਗ੍ਰੇਸ਼ਨ ਦੀ ਜਿਆਦਾ ਜਦੋਂ ਗੱਲ ਹੁੰਦੀ ਸੀ ਤੇ ਉਹ ਪਸ਼ੂ ਪੰਛੀਆਂ ਦੀ ਜਿਆਦਾ ਗੱਲ ਹੁੰਦੀ ਸੀ ਠੀਕ ਹੈ ਸੋ ਇਹ ਹੈ ਕਿ ਥਲ ਜਿਹੜੀ ਆ ਉਹ ਜੇ ਸਾਨੂੰ ਸਮਝੋ ਕਿ 100 ਸਾਲ ਲੱਗ ਗਿਆ ਹਮਮ ਮਾਈਗ੍ਰੇਟ ਹੁੰਦੇ ਤੇ 100 ਸਾਲ ਇਹ ਸੋਚ ਬਣਨ ਚ ਵੀ ਲੱਗਣਗੇ ਕਿ ਇਥੇ ਵੀ ਰਹਿਣਾ ਜਿਹੜਾ ਜ਼ਰੂਰੀ ਆ ਮਾਈਗ੍ਰੇਸ਼ਨ ਜਿਹੜੀ ਆ ਹੋਣੀ ਹੋਣੀ ਆ ਕਿਉਂਕਿ ਹਰ ਇੱਕ ਕੰਟਰੀ ਦਾ ਜਿਹੜਾ ਮੇਜਰ ਰਿਸੋਰਸ ਹੁੰਦਾ ਉਹ ਹਮੇਸ਼ਾ ਦੂਸਰੇ ਕੰਟਰੀ ਚ ਜਾਂਦਾ ਲੋਕ ਉਹਨੂੰ ਕਹਿੰਦੇ ਕਿ ਆ ਚੀਜ਼ ਜਿਹੜੀ ਨਾ ਬਹੁਤ ਵਧੀਆ ਇਸ ਕੰਟਰੀ ਦੀ ਸਾਨੂੰ ਮਿਲੇ ਫੋਰ ਏਗਜ਼ਾਮਪਲ ਕਿ ਜੇ ਦੁਬਈ ਚ ਤੇਲ ਬਹੁਤ ਆ ਤੇ ਲੋਕ ਕਹਿੰਦੇ ਕਿ ਹਾਂਜੀ ਤੇਲ ਐਕਸਪੋਰਟ ਹੋਵੇ ਉਸੇ ਤਰ੍ਹਾਂ ਜਿਹੜੇ ਸਾਡੇ ਕੰਟਰੀ ਦੀ ਐਸਟ ਉਹ ਪੋਪੂਲੇਸ਼ਨ ਆ ਉਹ ਯੂਥ ਆ ਠੀਕ ਹੈ ਸੋ ਯੂਥ ਨੂੰ ਮਾਈਗ੍ਰੇਟ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ ਤੇ ਕੰਟਰੀਜ਼ ਜਿਹੜੀਆਂ ਹਮੇਸ਼ਾ ਸਾਡੇ ਯੂਥ ਨੂੰ ਅਟਰੈਕਟ ਕਰਨਗੀਆਂ ਕਿ ਉਹ ਮਾਈਗ੍ਰੇਟ ਹੋਣ ਕਿਉਂਕਿ ਸਾਡੇ ਕੋ ਜਿਹੜਾ ਪੋਜ਼ਿਟਿਵ ਚੀਜ਼ ਆ ਕੰਟਰੀ ਦੇ ਵਿੱਚ ਉਹ ਯੂਥ ਵਨ ਆਫ 댓 ਥਿੰਗ ਹੈਗੀ ਆ ਕਿ ਹਾਂ ਕਿ ਲੋਕ ਚਾਹਣਗੇ ਜੇ ਸਾਡੇ ਕੋ ਸੋਨਾ ਜ਼ਿਆਦਾ ਹੁੰਦਾ ਤੇ ਲੋਕੀ ਸਾਡੇ ਸੋਨਾ ਵੱਲ ਭੱਜਦੇ ਠੀਕ ਹੈ ਨਾ ਸੋ ਇਹਨੂੰ ਜਿਹੜਾ ਬਸ ਮੇਰੇ ਇੱਥੇ ਇਹ ਕਹਿਣਾ ਕਿ ਜਿਹੜੀ ਇਕਨੋਮਿਕ ਐਕਟੀਵਿਟੀ ਆ ਸਾਡੇ ਜਿਹੜੀ ਫੈਮਲੀਜ਼ ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਅਸੀਂ ਇੱਥੇ ਪੈਸੇ ਲੈ ਕੇ ਆਉਣੇ ਆ ਠੀਕ ਹੈ ਨਾ ਉੱਥੋਂ ਕਮਾ ਕੇ ਇੱਥੇ ਰੀਨਵੈਸਟ ਕਰਨੇ ਆ ਆਪਣੇ ਪੰਜਾਬ ਨੂੰ ਆਪਣੇ ਕੰਟਰੀ ਨੂੰ ਅਸੀਂ ਰਿਚ ਕਰਨਾ ਵਾ ਨਾ ਕਿ ਅਸੀਂ ਆਲਰੇਡੀ ਇੰਨਾ ਸਟਰਗਲ ਕਰ ਰਹੇ ਆ ਹਰ ਪਾਸਿਓਂ ਸਟਰਗਲ ਕਰ ਰਹੇ ਆ ਤੇ ਅਸੀਂ ਜਿਹੜਾ ਰੈਂਡ ਖੁੰਦੇ ਆ ਉਹ ਵੀ ਜਿਹੜੀ ਆ ਉਹ ਅਸੀਂ ਬਾਹਰ ਲੈ ਜਾਣਾ ਚਾਹੁੰਦੇ ਆ ਇਨ ਟਰਮਸ ਆਫ ਮਨੀ ਇਨ ਟਰਮਸ ਆਫ ਰਿਸੋਰਸ ਜਿਹੜੇ ਸਾਡੇ ਕੋਲ ਹੈਗੇ ਆ ਸੋ ਜਿਹੜੇ ਵੀ ਲੋਕ ਬਾਹਰ ਜਾ ਰਹੇ ਨੇ ਉਹਨਾਂ ਨੂੰ ਮੇਰੀ ਇੱਕੀ ਜੋ ਕਿ ਮੈਂ ਇਹਦੇ ਵਿੱਚੋਂ ਤਤ ਕੱਢਿਆ ਵਾ ਇੰਨੀ ਲੰਬੀ ਮੁਹਿਮਤੋਂ ਕਿ ਸਾਡੇ ਦੋਨੋਂ ਜਗ੍ਹਾ ਘਰ ਹੋਣੇ ਚਾਹੀਦੇ ਆ ਤੇ ਦੋਨੋਂ ਜਗ੍ਹਾ ਹੀ ਕਾਰੋਬਾਰ ਹੋਣੇ ਚਾਹੀਦੇ ਆ ਜਿਹੜਾ ਦੋਨੋਂ ਜਗ੍ਹਾ ਜਦੋਂ ਕਾਰੋਬਾਰ ਹੋਣਗੇ ਇਕਨੋਮਿਕ ਐਕਟੀਵਿਟੀ ਹੋਏਗੀ ਪੈਸੇ ਦਾ ਆਦਾਨ-ਪ੍ਰਦਾਨ ਹੋਏਗਾ ਉਹ ਇੱਕ ਪੋਜ਼ਿਟਿਵ ਚੀਜ਼ ਆ ਜੇ ਆਪਾਂ ਕੱਲੇ ਪੰਜਾਬ 'ਚ ਰਹਿ ਕੇ ਸਾਰਾ ਕੁਝ ਕਰੀ ਜਾਈਏ ਤੇ ਬਾਹਰ ਵਾਲਿਆਂ ਨੂੰ ਛੱਡ ਦਈਏ ਜਾਂ ਬਾਹਰ ਚਲ ਜਾਈਏ ਤੇ ਪੰਜਾਬ ਨੂੰ ਛੱਡ ਦਈਏ ਤਾਂ ਵੀ ਕੁਝ ਨਹੀਂ ਬਣਨਾ ਬ੍ਰਿਜ ਜਿਹੜਾ ਉਹ ਚਾਹੀਦਾ ਜੀ ਹਾਂ ਬੇਸ਼ੱਕ ਪ੍ਰਵਾਸ ਜਿਹੜਾ ਹੈ ਉਹ ਨਤੀਜਾ ਸਭ ਤੋਂ ਵੱਡਾ ਹੈਗਾ ਆ ਸਾਦਨਾ ਉਹਦੇ ਤੋਂ ਬਿਨਾ ਵੀ ਨਹੀਂ ਕੁਝ ਹੋ ਸਕਦਾ ਹਨਾ ਪਰ ਇਹ ਵੀ ਨਹੀਂ ਆ ਕਿ ਆਪਦਾ ਮੁਲਕ ਛੱਡ ਕੇ ਹਨਾ ਦੂਜੀ ਥਾਂ ਹੀ ਬਸ ਜੀਏ ਚਲੋ ਇਹ ਬਹੁਤ ਵਧੀਆ ਗੱਲ ਕੀਤੀ ਤੁਸੀਂ ਪਰ ਇਸ ਤੋਂ ਇਲਾਵਾ ਤੁਸੀਂ ਹੋਰ ਸਕੂਲ ਕਾਲਜਸ ਦੇ ਵਿੱਚ ਮੋਟੀਵੇਸ਼ਨਲ ਸਪੀਚ ਵੀ ਦਿਨੇ ਹੋ ਆ ਤਾਨੂੰ ਲੱਗਦਾ ਵੀ ਤੁਹਾਡੀ ਆਪਦੀ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਇਸ ਤਰ੍ਹਾਂ ਹੁੰਨੇ ਹੋ ਸਟ੍ਰੈਸ 'ਚ ਹੁੰਨੇ ਉਹਦੋਂ ਤੁਸੀਂ ਕੀ ਕਰਦੇ ਹੋ ਆ ਆਪਦੀ ਜ਼ਿੰਦਗੀ 'ਚ ਮੈਂ ਖੁਦ ਆਪਣੀ ਖੱਤੀ ਕਾਉਂਸਲਿੰਗ ਕਰਦੀ ਆ ਠੀਕ ਐ ਸੋ ਵਧੀਆ ਫੈਮਿਲੀ ਮੈਨੂੰ ਮਿਲੀ ਆ ਮੇਰੇ ਹਸਬੰਡ ਵੀ ਬਹੁਤ ਵਧੀਆ ਉਹ ਵੀ ਵਧੀਆ ਕਾਉਂਸਲਿੰਗ ਕਰ ਦਿੰਦੇ ਮੇਰੇ ਮੰਮਾ ਵੀ ਠੀਕ ਐ ਸੋ ਅ ਸ਼ਾਇਦ ਮੈਂ ਲੱਗਦਾ ਕਿ ਜਨਮ ਹੀ ਇਸ ਲਈ ਲਾਇਆ ਕਿ ਬਹੁਤ ਹੀ ਵੱਡੀਆਂ ਵੱਡੀਆਂ ਮੁਸ਼ਕਲਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਉਹਨਾਂ ਨੂੰ ਕਿੱਦਾਂ ਸੋਲਵ ਕਰੀਦਾ ਵਾ ਕਿੱਦਾਂ ਆਪਣਾ ਸਬਰ ਵਧਾਉਣਾ ਵਾ ਪੇਸ਼ੈਂਸ ਵਧਾਣੀ ਆ ਤੇ ਉਹ ਚੀਜ਼ ਕਿੱਦਾਂ ਸੋਲਵ ਹੋਏਗੀ ਤੇ ਫਿਰ ਜਿਹੜੀ ਜਿਹਦੀ ਜ਼ਿੰਦਗੀ ਬਿਲਕੁਲੀ ਨਾਰਮਲ ਆ ਸਿੱਧੀ ਤੋੜਰੀ ਉਹ ਕਿਸੇ ਨੂੰ ਕੀ ਸਲਾਹ ਦੇਵੇਗਾ ਠੀਕ ਹੈ ਨਾ ਜਿਹੜਾ ਆਪ ਡਿਗ ਡਿਗ ਕੇ ਉੱਠਿਆ ਉਹਨੇ ਵੱਡੀਆਂ ਵੱਡੀਆਂ ਪ੍ਰੋਬਲਮਸ ਸੋਲਵ ਕੀਤੀਆਂ ਨੇ ਪਰੇਸ਼ਾਨੀਆਂ ਚਲਦੀਆਂ ਨੇ ਧੋਖੇ ਖਾਦੇ ਨੇ ਚੀਟਿੰਗ ਦੇਖੀ ਆ ਠੀਕ ਹੈ ਸੋ ਉਹ ਚੀਜ਼ ਜਿਹੜੀ ਜਦੋਂ ਸਾਡੇ ਨਾਲ ਹੁੰਦੀ ਆ ਤੇ ਫਿਰ ਆਪਾਂ ਕਰੇ ਜ ਰੱਖਦੇ ਆ ਕਿ ਆਪਾਂ ਉਹਨੂੰ ਸੋਲਵ ਕਰਨਾ ਠੀਕ ਹੈ ਗਿਵ ਅਪ ਨਹੀਂ ਕਰਦੇ ਤੇ ਫਿਰ ਮੈਨੂੰ ਲੱਗਦਾ ਕਿ ਮੋਟੀਵੇਸ਼ਨ ਬਣਦੀ ਆ ਠੀਕ ਹੈ ਨਾ ਫਿਰ ਉਹਦੇ ਨਾਲ ਆਪਾਂ ਹਜ਼ਾਰਾਂ ਹੋਰ ਲੋਕਾਂ ਦੀਆਂ ਪ੍ਰੋਬਲਮਸ ਵੀ ਸੋਲਵ ਕਰ ਸਕਦੇ ਆ ਜੀ ਬਾਕੀ ਇੰਨਾ ਵਿੱਚ ਕੋਈ ਟਾਈਮ ਦੇ ਨਹੀਂ ਹੁੰਦਾ ਬਟ ਸਟਿਲ ਅ ਜੇ ਕੋਈ ਮੈਨੂੰ ਸੁਣਨਾ ਚਾਹੁੰਦਾ ਹੈ ਤੇ ਮੈਂ ਜ਼ਰੂਰ ਉਹਨੂੰ ਵੀ ਇੱਕ ਯੂ نو ਇਟ ਇਜ਼ ਮਾਈ ਵੇ ਆਫ ギਵਿੰਗ ਬੈਕ ਰਿਸਪੈਕਟ ਟੂ ਪੀਪਲ ਕਿ ਇਫ ਦੇ ਵਾਂਟ ਕਿ ਉਹ ਮੈਨੂੰ ਕਿਸੇ ਸਟੇਜ ਤੇ ਵੇਖਣਾ ਚਾਹੁੰਦੇ ਨੇ ਤੇ ਮੈਂ ਫਿਰ ਉਹਨਾਂ ਦਾ ਇਨਵੀਟੇਸ਼ਨ ਸਵੀਕਾਰ ਕਰਨ ਦੀ ਕੋਸ਼ਿਸ਼ ਕਰਦੀ ਨਹੀਂ ਤੁਸੀਂ ਸੈਂਕੜੇ ਲੋਕਾਂ ਲਈ ਉਦਾਹਰਨ ਬਣੇ ਹੋ ਸਿਰਫ ਇੱਕ ਕਹਿ ਦੇਣਾ ਤੇ ਫਿਰ ਉਸ ਚੀਜ਼ ਤੇ ਖਰੇ ਉਤਰਨਾ ਨਾ ਤੁਸੀਂ ਐਗਜ਼ਾਮਪਲ ਸੈੱਟ ਕੀਤੀ ਆ ਤੁਸੀਂ ਸੈਂਕੜੇ ਲੋਕਾਂ ਲਈ ਉਦਾਹਰਨ ਸੈੱਟ ਕੀਤੀ ਹੈ ਨਾ ਇੱਕ ਹੁੰਦਾ ਵੀ ਇਹ ਚੀਜ਼ ਕਹਿ ਦੇਣੀ ਵੀ ਮੈਂ ਇਸ ਤਰ੍ਹਾਂ ਕਰੂੰਗੀ ਤੁਸੀਂ ਉਹ ਕਰਕੇ ਵੀ ਦਿਖਾਇਆ ਤੁਹਾਡੇ ਨਿੱਜੀ ਜ਼ਿੰਦਗੀ ਦੇ ਵਿੱਚ ਜੋ ਵੀ ਤੁਸੀਂ ਹੁੰਦਾ ਹੈ ਉਹ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕਰਦੇ ਹੋ ਤੁਹਾਨੂੰ ਲੱਗਦਾ ਵੀ ਇੱਕ ਬਹੁਤ ਹੀ ਦਰੁਸਤ ਤਰੀਕਾ ਆ ਵੀ ਇਹਦਾ ਕੋਈ ਹੋਰ ਹੱਲ ਹੋ ਸਕਦਾ ਹੈ ਵੀ ਇਹਦੀ ਕੋਈ ਕਿਤਾਬ ਛਾਪੀ ਜਾ ਸਕਦੀ ਆ ਹਨਾ ਉਹਨੂੰ ਇੱਕ ਸੋਹਰਦ ਆਡੀਅנס ਮਿਲਦੀ ਆ ਪਾਠਕ ਵਧੀਆ ਮਿਲਦੇ ਆ ਹਨਾ ਸੋਸ਼ਲ ਮੀਡੀਆ ਤੇ ਅਸੀਂ ਛੱਟ ਦੇਣੀ ਆਪਣਾ ਰੀਐਕਟ ਕਰ ਦਿੰਨੇ ਆ ਹਨਾ ਤੇ ਤੁਹਾਨੂੰ ਲੱਗਦਾ ਵੀ ਜੋ ਤੁਸੀਂ ਪੋਸਟ ਕਰਦੇ ਹੋ ਵੀ ਇਸ ਤਰ੍ਹਾਂ ਕਰਨਾ ਵਧੀਆ ਆ ਮੈਨੂੰ ਲੱਗਦਾ ਕਿ ਜ਼ਿੰਦਗੀ ਬਹੁਤ ਛੋਟੀ ਆ ਤੇ ਇੱਥੇ ਪਤਾ ਨਹੀਂ ਕਦੋਂ ਕਿਸੇ ਨੇ ਚੱਲ ਜਾਣਾ ਰਾਈਟ ਇਸ ਕਰਕੇ ਮੇਰੇ ਕੋ ਮੈਨੂੰ ਨਹੀਂ ਲੱਗਦਾ ਕਿ ਮੈਂ ਉਸ ਪੱਲਾ ਦੀ ਉਸ ਦਿਨਾਂ ਦੀ ਉਹਨਾਂ ਸਾਲਾਂ ਦੀ ਵੇਟ ਕਰ ਰਹੀ ਆ ਕਿ ਜਿੱਥੇ ਮੈਂ ਇੱਕ ਕਿਤਾਬ ਲਿਖਾਂਗੀ ਫਿਰ ਲੋਕ ਪੜਨਗੇ ਫਿਰ ਉਹਨਾਂ ਨੂੰ ਪਤਾ ਲੱਗੇਗਾ ਠੀਕ ਹੈ ਸੋ ਮੇਰੀ ਤੇ ਹੁਣ ਵੀ ਉਹੀ ਟਾਈਮ ਦੀ ਪ੍ਰੋਬਲਮ ਹੈ ਮੈਂ ਤੇ ਆਪਣੀ ਜਰਨੀ ਸ਼ੁਰੂ ਤੋਂ ਹੀ ਨਾਲ-ਨਾਲ ਲਿਖੀ ਆ ਹਾਂ ਹਾਂ ਭਾਵੇਂ ਉਹ ਬਿਜ਼ਨਸ ਦੀ ਹੈ ਭਾਵੇਂ ਉਹ ਤਾਂ ਜਿਹਦੇ ਕਰਕੇ ਮੈਨੂੰ ਮੁਸ਼ਕਲਾਂ ਵੀ ਆਉਂਦੀਆਂ ਕਿਉਂਕਿ ਲੋਕਾਂ ਨੂੰ ਇੱਕਦਮ ਪਤਾ ਲੱਗ ਜਾਂਦਾ ਕਿ ਅੱਛਾ ਹੁਣੇ ਪ੍ਰੋਬਲਮ ਚਾ ਤੇ ਜਦੋਂ ਤੁਸੀਂ ਪ੍ਰੋਬਲਮ ਜਿੰਦੇ ਸਗੋਂ ਹੀ ਨਹੀਂ ਲੋਕ ਮਦਦ ਕਰਦੇ ਠੀਕ ਹੈ ਨਾ ਤੁਹਾਨੂੰ ਹਲਕਾ ਸਮਝਦੇ ਆ ਸੋ ਇੱਕ ਲਿਖਣਾ ਮੇਰਾ ਪੈਸ਼ਨ ਹੈ ਤੇ ਮੈਨੂੰ ਪਤਾ ਕਿ ਮੇਰੀ ਉਮਰ ਦੇ ਲੋਕ ਮੇਰੇ ਨਾਲ ਨਾਲ ਸੇਮ ਪ੍ਰੋਬਲਮਸ ਮਤਲਬ ਫੇਸ ਕਰ ਰਹੇ ਹੁੰਦੇ ਆ ਉਹਨਾਂ ਨੂੰ ਵਿੱਚੋਂ ਫਿਰ ਹੱਲ ਲੱਭਦੇ ਆ ਤੇ ਇਹ ਕਿ ਮੈਨੂੰ ਆਪਣੀ ਜਰਨੀ ਤੋਂ ਮੈਨੂੰ ਖੁਦ ਆਪਣੇ ਆਪ ਤੋਂ ਬਹੁਤ એનર્ਜੀ ਮਿਲਦੀ ਆ ਮੈਨੂੰ ਕੋਈ ਨਵੀਂ ਮੁਸ਼ਕਲ ਲੱਗਦੀ ਆ ਤੇ ਮੈਨੂੰ ਲੱਗਦਾ ਕਿ ਅੱਛਾ ਫਿਰ ਵੀ ਮੈਂ ਉੱਠ ਸਕਦੀ ਆ ਤੇ ਬੜੀ ਵੱਡੀ ਗੱਲ ਆ ਜੀ ਆ ਜੋ ਸੁਪਨਾ ਤੁਸੀਂ ਦੇਖਿਆ ਸੀਗਾ ਹੈਨਾ ਤੁਹਾਨੂੰ ਲੱਗਦਾ ਵੀ ਉਹ ਪੂਰਾ ਹੋ ਗਿਆ ਹੁਣ ਹਾਂਜੀ ਹਾਂ ਜੋ ਵੀ ਮੈਂ ਸੁਪਨਾ ਦੇਖਿਆ ਉਹ ਤੇ ਮੇਰਾ ਕੱਲੀ ਦਾ ਤੇ ਪੂਰਾ ਹੋ ਗਿਆ ਬਟ ਓਵਰਆਲ ਜੋ ਮੈਂ ਇੱਕ ਕਿਉਂਕਿ ਵਿਜਨਰੀ ਹਾਂ ਬਹੁਤ ਵੱਡਾ ਸੋਚਦੀ ਹਾਂ ਤੇ ਉਹਨੂੰ ਪਤਾ ਨਹੀਂ ਜਨਰੇਸ਼ਨਸ ਵੀ ਲੱਗ ਸਕਦੀਆਂ ਜਿੱਦਾਂ ਮੈਂ ਸੋਚਿਆ ਠੀਕ ਹੈ ਬਾਕੀ ਕੀ ਇੱਕ ਸੈਕਰੀਫਾਈਸ ਹੈਗਾ ਕਿ ਜਦੋਂ ਅਸੀਂ ਆਪਣੀ ਲੈਂਡ ਚੂਜ਼ ਕਰਦੇ ਆ ਨਵਾਂ ਕੁਝ ਕਰਨਾ ਚਾਹੁੰਦੇ ਆ ਖੋਦੇ ਪੈਸੇ ਆ ਤੋਂ ਸ਼ੁਰੂ ਕਰਦੇ ਆ ਇੰਨੇ ਅਪ ਐਂਡ ਡਾਊਨ ਦੇਖਦੇ ਆ ਠੀਕ ਹੈ ਤੁਹਾਨੂੰ ਕੋਈ ਸਪੋਰਟ ਵੀ ਨਹੀਂ ਆ ਕਿ ਤੁਹਾਨੂੰ ਕੋਈ ਲੋਨਸ ਮਿਲ ਜਾਣ ਕੋਈ ਸਹੀ ਤਰੀਕੇ ਨਾਲ ਇੰਨਾ ਜ਼ਿਆਦਾ ਇੰਟਰਸਟ ਆ ਮਤਲਬ ਬਹੁਤ ਜ਼ਿਆਦਾ ਇੱਕ ਸਮਝੋ ਕਿ ਮੈਂ ਪਹਾੜ ਹੀ ਛੋੜ ਲਿਆ ਆਪਣੀ ਜ਼ਿੰਦਗੀ ਦੇ ਵਿੱਚ ਸੋ ਜੋ ਪਹਾੜ ਦਾ ਐਂਡ ਰਿਜ਼ਲਟ ਹੁੰਦਾ ਹੈ ਕਿ ਐਂਡ ਤੇ ਤੁਹਾਨੂੰ ਹੁੰਦਾ ਕਿ ਤੁਹਾਡੇ ਕੋਲ ਯੂ نو ਦ ਬੈਸਟ ਆਫ ਦ ਥਿੰਗ ਕਿ ਅਸੀਂ ਪ੍ਰਾਈਮ ਮਿਨਿਸਟਰ ਤੋਂ ਰੈਕਗਨਾਈਜ਼ ਹੋਗੇ ਅਸੀਂ ਵੱਡੀਆਂ ਵੱਡੀਆਂ ਸਟੇਜਿਸ ਤੇ ਚੱਲ ਗਏ ਵਧੀਆ ਕਾਲਜਿਸ ਤੇ ਜਾ ਕੇ ਬੋਲ ਲਿਆ ਇਹਨੇ ਲੋਕ ਤੁਹਾਨੂੰ ਫੋਲੋ ਕਰ ਰਹੇ ਨੇ ਠੀਕ ਹੈ ਸੋ ਹਰ ਚੀਜ਼ ਜਿਹੜੀ ਆ ਉਹ ਤੁਹਾਨੂੰ ਮਿਲ ਗਈ ਆ ਠੀਕ ਹੈ ਪਰ ਅ ਵਿੱਚੋਂ ਉਹਨੂੰ ਜਰਨੀ ਨੂੰ ਸਮੂਥ ਕਰਨਾ ਉਹਦੇ ਤੇ ਜਿਹੜਾ ਉਹ ਹਜੇ ਕੰਮ ਚੱਲ ਰਿਹਾ ਠੀਕ ਹੈ ਸੋ ਮੈਨੂੰ ਪਾਣਾ ਕੁਛ ਨਹੀਂ ਆ ਕਿ ਅਖੀਰ ਤੇ ਮੈਂ ਇੱਥੇ ਪਹੁੰਚਣਾ ਹੈ ਉਹ ਅਖੀਰ ਵਾਲੀ ਚੀਜ਼ ਮੈਨੂੰ ਬਹੁਤ ਪਹਿਲਾਂ ਹੀ ਮਿਲ ਗਈ ਆ ਪਰ ਉਹ ਜਰਨੀ ਨੂੰ ਵਿਚ ਵਾਲੀ ਜਿਹੜੀ ਆ ਕਿ ਉਹ ਉਹਦੇ ਤੇ ਹਜੇ ਕਾਫੀ ਕੰਮ ਕਰਨ ਵਾਲਾ ਜੀ ਤੇ ਉਹਦੇ ਤੇ ਮੈਂ ਕੰਮ ਕਰਦੀ ਆ ਡੇਲੀ ਆਈ ਏਮ ਵਰਕਿੰਗ ਕਿ ਆਪਣਾ ਬਿਜ਼ਨਸ ਕਿਦਾਂ ਸਹੀ ਕਰਨਾ ਹੈ ਕਿਦਾਂ ਮੈਂ 100 ਲੋਕਾਂ ਨੂੰ ਸਹੀ ਤਰ੍ਹਾਂ ਜੌਬ ਦੇ ਸਕਾਂ ਉਹਨਾਂ ਦੀ ਸੈਲਰੀ ਆਮ ਨਾਲ ਜਾਵੇ ਕਿਦਾਂ ਆਪਾਂ ਯੂ نو ਓਵਰਆਲ ਚੀਜ਼ਾਂ ਨੂੰ ਮੈਨੇਜ ਕਰਨਾ ਸੋ ਉਹ ਚੀਜ਼ਾਂ ਤੇ ਅੱਜ ਵੀ ਕੰਮ ਚੱਲ ਰਿਹਾ ਹੈ 5 ਸਾਲ ਪਹਿਲਾਂ ਵੀ ਚੱਲ ਰਿਹਾ ਹੈ ਐਸੇ ਮੈਨੂੰ ਲੱਗਦਾ ਕਿ ਹਜੇ ਵੀ 5 ਸਾਲ ਜਾਂ 10 ਸਾਲ ਹੋਰ ਲੱਗ ਜਾਣਗੇ ਇਹ ਚੀਜ਼ ਨੂੰ ਪ੍ਰੂਫ ਕਰਨ ਲਈ ਕਿ ਜੇ ਮੈਂ ਸੋਚਿਆ ਕਿ ਪਿੰਡ ਵਿੱਚ ਅਸੀਂ ਸੋ ਬੰਨਿਆਂ ਨੂੰ ਵਧੀਆ ਨੌਕਰੀ ਦੇ ਸਕਦੇ ਆ ਤੇ ਹੋ ਸਕਦਾ ਪਰ ਇਹ ਕਿ ਜਿੰਨੇ ਸਾਨੂੰ ਇਹ ਚੀਜ਼ ਨੂੰ ਪ੍ਰੂਫ ਕਰਨ ਲਈ ਸਾਡੇ ਦੇਸ਼ 'ਚ ਸਾਡੀ ਸਟੇਟ 'ਚ ਸਾਡਾ ਜ਼ੋਰ ਲੱਗ ਰਿਹਾ ਵਾ ਉਹ ਬਿਲਕੁਲ ਜਾਇਜ਼ ਨਹੀਂ ਹੈਗਾ ਠੀਕ ਹੈ ਸੋ ਇਹ ਕਿ ਬਹੁਤ ਹੀ ਜ਼ਿਆਦਾ ਸੋਵਰ ਸੋਚਣਾ ਪੈਂਦਾ ਕਿਸੇ ਨੂੰ ਸਲਾਹ ਦੇਣ ਲੱਗਿਆਂ ਕਿ ਤੁਸੀਂ ਪੰਜਾਬ ਵਿੱਚ ਕੁਝ ਕਰੋ ਜੀ ਠੀਕ ਹੈ ਠੀਕ ਹੈ ਸੋ ਕਿਉਂਕਿ ਆਪਨਾ ਹੀ ਨਹੀਂ ਅਜੇ ਉਹ ਸੈਟ ਨਹੀਂ ਆ ਰਿਹਾ ਕੰਮ ਠੀਕ ਹੈ ਤੇ ਦੂਜੇ ਨੂੰ ਕੀ ਕਰੀਏ ਚੀਜ਼ਾਂ ਕਰਨੀਆਂ ਬਹੁਤ ਸੌਖੀਆਂ ਨੇ ਠੀਕ ਹੈ ਪਰੇ ਕਿ ਜਦੋਂ ਤੁਸੀਂ ਇੱਕ ਇਮਾਨਦਾਰੀ ਦਾ ਰਾਹ ਫੜਿਆ ਹੋਵੇ ਠੀਕ ਹੈ ਤੁਸੀਂ ਸਹੀ ਤਰ੍ਹਾਂ ਬਿਜ਼ਨਸ ਕਰਨਾ ਹੋਵੇ ਠੀਕ ਹੈ ਇੱਥੇ ਹੁਣੇ ਤੁਸੀਂ ਜਿਹੜਾ ਵਾ ਉਹ 1 ਕਰੋੜ ਦਾ ਬਿਜ਼ਨਸ ਕੈਸ਼ ਚ ਕਰ ਲਓ ਤੇ ਤੁਹਾਡਾ 20 ਲੱਖ ਉਹਦਾ ਬਚ ਜਾਂਦਾ ਤੁਹਾਨੂੰ ਟੈਕਸ ਨਹੀਂ ਦੇਣਾ ਪੈਣਾ ਹਨਾ ਸੋ ਇਹ ਹੈ ਕਿ ਸਹੀ ਤਰੀਕੇ ਨਾਲ ਕੰਮ ਕਰਕੇ ਜਿਵੇਂ ਸਾਡਾ ਸਿਸਟਮ ਬਣਿਆ ਵਾ ਉਸ ਤਰੀਕੇ ਨਾਲ ਉਹਨੂੰ ਪ੍ਰੋਫਿਟੇਬਲ ਕਰਨਾ ਠੀਕ ਹੈ ਤੇ ਉਹਨੂੰ ਸਕਸੈਸਫੁਲ ਬਣਾਉਣਾ ਬਹੁਤ ਹੀ ਜਿਹੜਾ ਵਾ ਉਹ ਇੱਕ ਟਫ ਜੌਬ ਆ ਮੈਨੂੰ 10 ਸਾਲ ਹੋ ਚਲੇ ਜੀ ਇਹਨੂੰ ਪ੍ਰੂਫ ਕਰਦੇ ਤੇ ਅਜੇ ਵੀ ਮੈਨੂੰ ਲੱਗਦਾ ਕਿ 10 ਸਾਲ ਹੋਰ ਲੱਗ ਜਾਣੇ ਜੀ ਮਤਲਬ ਮੈਂ ਇਸੇ ਸਵਾਲ ਤੇ ਆਉਣ ਲੱਗੀ ਸੀ ਵੀ ਇੱਕ ਔਰਤ ਹੋਣ ਜਦੋਂ ਇੱਕ ਔਰਤ ਕਿਸੇ ਵੀ ਫੀਲਡ ਦੇ ਵਿੱਚ ਕਾਮਯਾਬੀ ਹਾਸਿਲ ਕਰਦੀ ਹੈ ਨਾ ਉਹਨੂੰ ਜਿਹੜਾ ਵਿਰੋਧ ਆ ਘਰ ਤੋਂ ਹੀ ਚਲਣਾ ਸ਼ੁਰੂ ਹੋ ਜਾਂਦਾ ਹੈ ਹੈਨਾ ਘਰ ਤੋਂ ਫੇਰ ਆਲੇ-ਦੁਆਲੇ ਸਮਾਜ ਰਿਸ਼ਤੇਦਾਰ ਹਨਾ ਫੇਰ ਕਿਤੇ ਜਾ ਕੇ ਉਹ ਆਪਣੇ ਜਿਹੜੇ ਸੁਪਨਿਆਂ ਨੂੰ ਸਕਾਰ ਕਰ ਪਾਉਂਦੀ ਹੈ ਹਨਾ ਸੋ ਇਨਾਂ ਚੁਣੌਤੀਆਂ ਨੂੰ ਤੁਸੀਂ ਤੇ ਆਪਣੇ ਪਰਿਵਾਰ ਨੂੰ ਕਿਵੇਂ ਮੈਨੇਜ ਕਰਦੇ ਹੋ ਮੇਰੇ ਪੈਰੈਂਟਸ ਉੱਥੇ ਵੀ ਤੈਪੇ ਵੀ ਮਤਲਬ ਇਸ ਚੀਜ਼ ਤੋਂ ਮੈਂ ਬlesed ਹਾਂ ਮੈਨੂੰ ਪਤਾ ਬਹੁਤ ਕੁੜੀਆਂ ਨੂੰ ਮੁਸ਼ਕਲ ਆਉਂਦੀ ਏ ਇਸ ਚੀਜ਼ ਦੀ ਠੀਕ ਹੈ ਸਾਰੇ ਉਹਨਾਂ ਦੇ ਨਾਲ ਨਹੀਂ ਖੜੇ ਹੁੰਦੇ ਪਰ ਇਹ ਮੈਂ ਕਹਾਂਗੀ ਕਿ ਮੇਰੇ ਮੰਮੀ ਪਾਪਾ ਮੇਰਾ ਬ੍ਰਦਰ ਤੇ ਇੱਥੇ ਮੇਰੇ ਮੰਮੀ ਪਾਪਾ ਤੇ ਮੇਰੇ ਹਸਬੰਡ ਜਿਹੜੇ ਆ ਉਹ 101% ਮੇਰੇ ਨਾਲ ਆ ਤੇ ਮੈਨੂੰ ਲੱਗਦਾ ਕਿ ਸਿਰਫ ਇਹ 6 ਜਾਣੇ ਮੇਰੀ એનર્ਜੀ ਆ ਜੀ ਠੀਕ ਹੈ ਉਹਨਾਂ ਕਰਕੇ ਮੈਂ ਰੋਜ਼ ਉੱਠ ਪਾਨੀ ਆ ਉਹ ਮੇਰੀ ਇੰਨੀ ਕੇਅਰ ਕਰਦੇ ਮੈਨੂੰ ਇੰਨਾ ਪਿਆਰ ਕਰਦੇ ਤੇ ਮੈਂ ਜਿਹੜਾ ਉਹ ਕੰਮ ਕਰ ਪਾਉਣੀ ਆ ਜੀ ਕਿਈ ਵਾਰੀ ਤੁਹਾਨੂੰ ਬਿਜ਼ਨਸ 파ਟਨਰ ਨਹੀਂ ਸਹੀ ਮਿਲਦਾ ਨਾ ਕਈ ਵਾਰੀ 파ਟਨਰ ਨਹੀਂ ਸਹੀ ਮਿਲਦਾ ਠੀਕ ਹੈ ਸੋ ਅ ਜੋ ਠੀਕ ਆ ਉਹਨੂੰ ਠੀਕ ਕਹਿਣਾ ਜੋ ਨਹੀਂ ਠੀਕ ਉਹ ਨਹੀਂ ਠੀਕ ਸੋ ਪਰ ਟੇਕੀ ਮੈਂ ਕਾਫੀ ਐਕਸਟ੍ਰੀਮ ਲੈਵਲ ਦੀ ਜਿਹੜੀ ਆ ਉਹ ਅ ਕਹਿ ਲੋ ਕਿ ਚੀਟਿੰਗ ਜਿਹੜੀ ਆ ਉਹ ਮੈਂ ਦੇਖੀ ਆ ਠੀਕ ਆ ਤੇ ਕਾਫੀ ਐਕਸਟ੍ਰੀਮ ਲੈਵਲ ਦਾ ਜਿਹੜਾ ਕਿ ਕਿੱਦਾਂ ਕਿਸੇ ਨੂੰ ਆਪਣਾ ਕੰਮ ਪੂਰਾ ਕਰਨ ਲਈ ਹਨਾ ਯੂਜ਼ ਕਰ ਲੈਣਾ ਉਹ ਚੀਜ਼ ਮੈਂ ਦੇਖੀ ਸੋ ਮੈਨੂੰ ਅ ਪਰ ਮੈਂ ਇਹੀ ਚੁਣਿਆ ਮੇਰੀ ਜਰਨੀ ਬਹੁਤ ਟਫ ਹੋ ਗਈ ਮੈਂ ਕਦੀ 5 ਰੁਪਏ ਦੀ ਟੈਨਸ਼ਨ ਨਹੀਂ ਲਈ ਆਪਣੀ ਲਾਈਫ ਦੇ ਵਿੱਚ ਠੀਕ ਆ ਤੇ ਅੱਜ ਮੈਂ ਸੋਚਾਂ ਤੇ ਮੈਂ 4-5 ਕਰੋੜ ਦੀ ਟੈਨਸ਼ਨ ਆ ਮੈਨੂੰ ਠੀਕ ਹੈ ਸੋ ਇਹ ਕਿ ਅ ਪਰ ਮੈਂ ਇਹੀ ਚੁਣਿਆ ਇਸ ਚੀਜ਼ ਨੂੰ ਚੁਣਨ ਲਈ ਮੇਰੀ ਨਿਊ ਫੈਮਿਲੀ ਨੇ ਵੀ ਮੈਨੂੰ ਬੜੀ ਹੈਲਪ ਕੀਤੀ ਜੀ कि मैं अच्छे ही रहनावां ठीक है ना सो नाइस ही रहना मैं ਤੇ ਮੇਰੀ ਕਿਸਮਤ ਚ ਰੱਬ ਨੇ ਲਿਖਿਆ ਹੋਊਗਾ ਕਿ ਮੇਰੇ ਥਰੂ ਪ੍ਰੋਬਲਮ ਸੋਲਵ ਹੋਣੀ ਆਵਾ ਠੀਕ ਹੈ ਸੋ ਕਿਸੇ ਨਾਲ ਕੰਪੀਟ ਕਰਨਾ ਜੀ ਜਾਂ ਉਹਨੂੰ ਦੋਸ਼ ਦੇਈ ਜਾਣਾ ਜਾਂ ਕੁਝ ਇਹ ਚੀਜ਼ਾਂ ਤੇ ਮੈਂ ਟਾਈਮ ਨਹੀਂ ਵੇਸ ਕਰਾਂਗੀ ਮੈਂ ਉਹ ਚੀਜ਼ਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੀ ਬਟ ਇਹ ਕਿ ਜਦੋਂ ਤੁਹਾਨੂੰ ਬਹੁਤ ক্লোਜ਼ ਲੋਕ ਜ਼ਿੰਦਗੀ ਦੇ ਵਿੱਚ ਧੋਖਾ ਦਿੰਦੇ ਆ ਜੀ ਤੇ ਉਹ ਉਦੇ ਤੋਂ ਸੰਭਲਣਾ ਜਿਹੜਾ ਵਾ ਕਈ ਵਾਰੀ ਇਟ ਇਜ਼ ਵੈਰੀ ਵੈਰੀ ਟਫ ਚਲੋ ਇਹਨਾਂ ਵੀ ਅਭੀ ਮਜ਼ਬੂਤ ਵੀ ਬਹੁਤ ਕਰ ਰਹੇ ਆ ਹਾਂ ਮਜ਼ਬੂਤ ਕਰ ਰਹਿੰਦੇ ਪਰ ਜਿਵੇਂ ਕਹਿੰਦੇ ਨੇ ਨਾ ਕਿ ਤੁਹਾਡੇ ਆਪਣੇ ਤੁਹਾਨੂੰ ਧੋਖਾ ਦਿੰਦੇ ਆ ਉਹ ਸੱਚ ਹੀ ਹੈਗਾ ਮਤਲਬ ਜੋ ਬਣਿਆਗਾ ਹਫ਼ਤਾ ਉਹ ਬਿਲਕੁਲ ਸਹੀ ਆ ਜਿਹੜੇ ਲੋਕ ਤੁਹਾਨੂੰ ਸਭ ਤੋਂ ਕਲੋਜ਼ਲੀ ਜਾਣਦੇ ਆ ਠੀਕ ਆ ਉਹੀ ਤੁਹਾਨੂੰ ਬਹੁਤ ਹੀ ਬੁਰੀ ਤਰ੍ਹਾਂ ਜਿਹੜਾ ਵਾ ਉਹ ਜ਼ਿੰਦਗੀ ਚ ਸੁੱਟਦੇ ਆ ਤੇ ਤੁਸੀਂ ਜਿਹੜਾ ਮਤਲਬ ਕਿ ਆਪਣੀ ਕਲਪਨਾ ਵਿੱਚ ਵੀ ਸੋਚ ਨਹੀਂ ਸਕਦੇ ਕਿ ਇਹ ਵੀ ਬੰਦਾ ਦਰਨਾ ਇਦਾਂ ਕਰ ਸਕਦਾ ਹੈ ਠੀਕ ਹੈ ਸੋ ਉਹੀ ਕਿ ਅੱਛੇ ਬਣੇ ਰਹੋ ਤੇ ਰੱਬ ਤੇ ਬਲੀਵ ਕਰੋ ਤੇ ਐਂਡ ਤੇ ਮੈਂ ਤੇ ਆਪੇ ਹੀ ਦੇਖਣਾ ਕਿ ਐਂਡ ਤੇ ਚੰਗਾ ਹੀ ਹੋਵੇ ਤੇ ਵਧੀਆ ਗੱਲ ਹੈ ਨਹੀਂ ਹੁੰਦਾ ਹੀ ਆਇਆ ਇਸ ਤਰ੍ਹਾਂ ਤੇ ਹੋਏਗਾ ਵੀ ਚੰਗਾ ਤੁਸੀਂ ਬਹੁਤ ਸੋਹਣਾ ਆਪਣਾ ਸੁਪਨਾ ਲੈ ਕੇ ਚੱਲਿਓ ਚੰਗਾ ਸੋਚ ਕੇ ਚੱਲਿਓ ਤਾਂ ਚੰਗਾ ਹੀ ਹੋਏਗਾ अच्छा ਤੁਹਾਡੇ ਨਾਮ ਨਾਲ ਨਾ ਇੱਕ ਜੁੜਿਆ ਹੋਇਆ ਵੀ ਬਹੁਤ ਸਾਲ ਪਹਿਲਾਂ ਅਸੀਂ ਵੀ ਸੁਣਦੇ ਹੁੰਦੇ ਸੀ ਵੀ ਮਨਦੀਪ ਟੰਗੜਾ ਕੌਣ ਮਨਦੀਪ ਟੰਗੜਾ ਉਹ ਬੂਟਾਂ ਵਾਲੇ ਮੈਡਮ ਹੈ ਨਾ ਉਹ ਕੈਂਪੇਨ ਤੁਹਾਡੀ ਬਾਰੇ ਮੈਂ ਜਾਨਣਾ ਚਾਹੂੰਗੀ ਵੀ ਕਿੱਥੇ ਕੈਂਪੇਨ ਮੈਂ ਉਹ অলਮੋਸਟ ਆਈ ਥਿੰਕ those are 13 ਚ 14 ਚ ਮੈਂ ਸ਼ੁਰੂ ਕੀਤਾ ਸੀ ਤੇ ਪਹਿਲਾਂ ਮੈਂ 2013 ਤੋਂ ਲੈ ਕੇ 2000 ਆਈ ਥਿੰਕ 17 ਤੱਕ 16 17 ਤੱਕ ਅਸੀਂ ਉਹਨੂੰ ਖੁਦ ਹੀ ਕਰਦੇ ਸੀ ਆਪਣੀ ਕੰਪਨੀ ਵੱਲੋਂ ਜੀ ਫਿਰ ਮੈਂ ਵਿੱਚੋਂ 2 2.5 ਸਾਲ ਇੱਕ ਐਨਜੀਓ ਸਟਾਰਟ ਕੀਤਾ ਠੀਕ ਹੈ ਐਨਜੀਓ ਤੋਂ ਮੈਂ ਰਿਅਲਾਈਜ਼ ਕੀਤਾ ਕਿ ਮੇਰੀ ਜਿਹੜੀ ਬਿਜ਼ਨਸ ਇਮੇਜ ਆ ਕਿ ਮੈਂ ਇੱਕ ਕਾਰੋਬਾਰੀ ਆ ਜਾਂ ਮੈਂ ਇੱਕ ਅੱਛਾ ਸਟੂਡੈਂਟ ਰਹੀ ਆ ਜਾਂ ਸਾਡੇ ਚ ਵੀ ਕੈਪੇਬਿਲਿਟੀ ਆ